ਪਰਮ ਸਨਮਾਨ ਯੋਗ ਚੌਰ ਸ਼ਦਰ ਤਖਤ ਦੇ ਮਾਲਕ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤਸੰਗਤ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਵਨ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸੱਜੇ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਸਰਵਣ ਕਰਕੇ ਗੁਰ ਅਸਥਾਨਾਂ 'ਤੇ ਸੇਵਾਵਾਂ ਯਾਤਰਾ ਕਰਕੇ ਜੀਵਨ ਸਫਲ ਬਣਾ ਰਹੇ ਗੁਰੂ ਕਾ ਖਾਸ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਲੜੀਵਾਰ ਗੁਰਬਾਣੀ ਦਾ ਉਪਦੇਸ਼ ਆਪਾਂ ਨੂੰ ਸਰਵਣ ਕਰਨ ਦਾ ਸੁਭਾਗ ਸਮਾਂ ਬਖਸ਼ਿਆ ਹੈ। ਜਿਹੜੀ ਰਾਤ ਅੱਜ ਲੰਘ ਕੇ ਗਈ ਹੈ ਇਹ ਰਾਤ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਠੰਡੇ ਬੁਰਜ ਦੇ ਵਿੱਚ ਸਰਹੰਦ ਦੇ ਅੰਦਰ ਬਤੀਤ ਕੀਤੀ ਹੈ। ਜਦੋਂ ਆਪਾਂ ਉਸ ਚੀਜ਼ ਨੂੰ ਥੋੜ੍ਹਾ ਜਿਹਾ ਅਨੁਭਵ ਕਰਨਾ ਹੋਵੇ ਤਾਂ ਘਰਾਂ ਦੇ ਵਿੱਚ ਜਦੋਂ ਦਰਵਾਜ਼ਾ ਰਾਤ ਨੂੰ ਬੂਹਾ ਢੋ ਕੇ ਵਿਸ਼ਰਾਮ ਕਰਦੇ ਹਾਂ ਜੇ ਥੋੜ੍ਹਾ ਬਹੁਤ ਖੁੱਲ੍ਹਾ ਰਹੇ ਤਾਂ ਵੀ ਹਵਾ ਅੰਦਰ ਆਉਂਦੀ ਹੈ, ਕੰਬਲ ਰਜਾਈਆਂ ਲਿਆ ਵੀ ਠੰਡ ਲੱਗਦੀ ਪ੍ਰਤੀਤ ਹੁੰਦੀ ਹੈ ਸਰੀਰ ਨੂੰ। ਪਰ ਧੰਨ ਨੇ ਉਹ ਮਹਾਰਾਜ ਸਾਹਿਬ ਜੀ ਦੇ ਮਾਤਾ ਜੀ ਸਤਿਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਠੰਡਾ ਬੁਰਜ ਉੱਚਾ ਥਾਂ ਹੈ ਦਰਸ਼ਨ ਕੀਤੇ ਨੇ ਆਪ ਜੀ ਨੇ, ਚਾਰ ਸਫੇਰਿਓਂ ਖੁੱਲ੍ਹਾ ਹੈ ਦਰਵਾਜ਼ਾ ਕੋਈ ਨਹੀਂ ਹੈ ਅਤੇ ਨੇੜੇ ਨੇੜੇ ਪਾਣੀ ਖਿਲਾ ਰਿਹਾ ਹੈ ਕਿਉਂਕਿ ਗਰਮੀਆਂ ਦੇ ਵਿੱਚ ਉੱਥੇ ਗਰਮੀ ਦੂਰ ਕਰਨ ਦੇ ਲਈ ਵਜ਼ੀਰ ਖਾਨ ਨੇ ਆਪਣੇ ਦੁਪਹਿਰ ਦਾ ਸਮਾਂ ਕੱਟਣ ਦੇ ਲਈ ਠੰਡਾ ਬੁਰਜ ਬਣਾਇਆ ਅਤੇ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਇਸ ਕਰਕੇ ਉੱਥੇ ਸੀਤ ਦੇ ਵਿੱਚ ਰੱਖਿਆ ਵੀ ਆਪੇ ਠੰਡ ਦੇ ਨਾਲ ਜਦੋਂ ਦੁਖੀ ਹੋਣਗੇ ਸਾਡੇ ਪਰਲੇ ਕੱਢਣਗੇ, ਸਾਡੀਆਂ ਮਿੰਨਤਾਂ ਕਰਨਗੇ। ਪਰ ਧੰਨ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮਾਤਾ ਸ੍ਰੀ ਗੁਜਰ ਕੌਰ ਜੀ, ਮਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਨੇ ਠੰਡ ਦੇ ਦੁੱਖ ਨੂੰ ਆਪਣੇ ਪਿਤਾ ਵੱਲੋਂ ਬਖਸ਼ੇ ਹੋਏ ਉਪਦੇਸ਼ ਦੇ ਸਾਹਮਣੇ ਕੁਝ ਵੀ ਨਹੀਂ ਮੰਨਿਆ। ਜਦੋਂ ਸਰਸਾ ਨਦੀ 'ਤੇ ਵਿਛੋੜਾ ਪਿਆ ਪਰਿਵਾਰ ਦਾ, ਉੱਥੇ ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਜੀ ਨਾਲ ਚਲੇ ਗਏ, ਮਾਤਾਵਾਂ ਮਾਤਾ ਸੁੰਦਰ ਕੌਰ, ਸਾਹਿਬ ਕੌਰ, ਭਾਈ ਮਨੀ ਸਿੰਘ, ਜਵਾਹਰ ਸਿੰਘ ਅਰੋੜਾ ਸਿੱਖ ਦਿੱਲੀ ਦਾ ਅਤੇ ਦੋ ਬੀਬੀਆਂ ਦਾਸੀਆਂ ਬੀਬੋ ਅਤੇ ਭਾਗੋ, ਉਹ ਮਾਤਾਵਾਂ ਦੇ ਨਾਲ ਚਲੇ ਗਈਆਂ। ਪਰ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰਾਹ ਭੁੱਲਣ ਕਰਕੇ ਉਹ ਪਾਰ ਨਹੀਂ ਕਰ ਸਕੇ, ਫਿਰ ਰਾਤ ਪੱਤਣ 'ਤੇ ਪੈ ਗਈ ਉੱਥੇ ਚੱਕ ਢੇਰਾ ਪਿੰਡ ਹੈ ਸਤਲੁਜ ਦਰਿਆ ਦੇ ਕੰਢੇ 'ਤੇ ਪੱਤਣ ਹੈ, ਇੱਥੇ ਦੀਵਾ ਬਲਦਾ ਵੇਖ ਕੇ ਰਾਤ ਸੱਤ ਪੋਹ ਦਾ ਦਿਨ ਤਾਂ ਝਾੜੀਆਂ 'ਚ ਇੱਧਰ ਉੱਧਰ ਭਟਕਦਿਆਂ ਲੰਘ ਗਿਆ।
ਛੇ ਪੋਹ ਦੀ ਰਾਤ ਜਿਹੜੀ ਸੀ ਉਹ ਅਨੰਦਪੁਰ ਸਾਹਿਬ ਤੋਂ ਆਉਂਦਿਆਂ ਲੰਘ ਗਈ। ਮੀਂਹ ਪੈ ਰਿਹਾ ਹੈ, ਉਜਾੜ ਦਾ ਇਲਾਕਾ ਏ। ਛੋਟੇ ਸਾਹਿਬਜ਼ਾਦੇ ਪੁੱਛਦੇ ਆ ਵੀ ਮਾਂ ਸਾਰੇ ਕਿੱਥੇ ਚਲੇ ਗਏ ਆਪਾਂ ਨੂੰ ਛੱਡ ਕੇ। ਦੇ ਨਾਲ ਇਤਿਹਾਸ ਦੇ ਵਿੱਚ ਐਸੇ ਬਚਨ ਵੀ ਦਰਜ ਮਿਲਦੇ ਨੇ ਵੀ ਸਾਹਿਬਜ਼ਾਦਿਆਂ ਨੇ ਕਿਹਾ ਵੀ ਅਸੀਂ ਆਪਣੇ ਵੱਡੇ ਵੀਰਾਂ ਨਾਲ ਨਹੀਂ ਹੁਣ ਬੋਲਣਾ, ਵੀ ਸਾਨੂੰ ਇਕੱਲਿਆਂ ਨੂੰ ਛੱਡ ਕੇ ਅਤੇ ਆਪ ਪਤਾ ਨਹੀਂ ਕਿਧਰੇ ਚਲੇ ਗਏ ਹਨ, ਘੋੜਿਆਂ 'ਤੇ ਸਵਾਰ ਹੋ ਕੇ ਅਸੀਂ ਤੁਰ ਕੇ ਪੈਦਲ ਜਾ ਰਹੇ ਹਾਂ ਇਵੇਂ। ਫਿਰ ਨਾਲੇ ਕਹਿੰਦੇ ਵੀ ਉਹਨਾਂ ਨਾਲ ਜੇ ਮਿਲਣਗੇ ਨਾ ਤਾਂ ਰੁੱਸ ਜਾਵਾਂਗੇ, ਪਰ ਅੱਗੇ ਤੋਂ ਹੀ ਕਰਾਰ ਲੈ ਲਾਂਗੇ ਵੀ ਜੇ ਸਾਨੂੰ ਇਕੱਲਿਆਂ ਨੂੰ ਛੱਡ ਕੇ ਨਹੀਂ ਜਾਓਗੇ ਤਾਂ ਫਿਰ ਤੁਹਾਡੇ ਨਾਲ ਬੋਲ ਪਾਵਾਂਗੇ। ਇੱਦਾਂ ਰਾਤ ਦੇ ਸਮੇਂ ਇੱਕ ਦੀਵਾ ਜਿਹਾ ਬਲਦਾ ਵੇਖਿਆ, ਕਰੀਮ ਬਖਸ਼ ਜਿਹਨੂੰ ਕੁੰਮਾ ਮਾਸ਼ਕੀ ਕਹਿੰਦੇ ਹਨ, ਇਹਦੀ ਬੇੜੀ ਦੇ ਵਿੱਚ ਕਦੀ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਚਰਨ ਪਾਏ ਸਨ। ਇਹਦਾ ਆਸਰਾ ਤੱਕਿਆ ਮਾਤਾ ਜੀ ਨੇ, ਰਾਤ ਇੱਥੇ ਬਤੀਤ ਕੀਤੀ ਸੱਤ ਪੋਹ ਦੀ, ਅਤੇ ਇਸੇ ਨਗਰ ਵਿੱਚ ਇੱਕ ਲਛਮਣੀ ਨਾਮ ਦੀ ਮਾਈ ਰਹਿੰਦੀ ਸੀ। ਉਹਨੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਪ੍ਰਸ਼ਾਦਾ ਛਕਾਇਆ। ਗੰਗੂ ਬ੍ਰਾਹਮਣ ਜੀ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਗੁਰੂ ਘਰ ਦੇ ਵਿੱਚ ਸੇਵਾ ਕਰਦਾ ਰਿਹਾ, ਨੌਕਰੀ ਕਰਦਾ ਰਿਹਾ। ਇਹਨੂੰ ਕਿਵੇਂ ਪਤਾ ਲੱਗ ਗਿਆ? ਇਸ ਨੂੰ ਪਤਾ ਸੀ ਵੀ ਮਾਤਾ ਜੀ ਦੇ ਕੋਲ ਮਾਇਆ ਹੁੰਦੀ ਹੈ। ਮਾਤਾ ਜੀ ਦੇ ਕੋਲ ਆਇਆ, ਮਾਤਾ ਗੁਜਰੀ ਜੀ ਨੇ ਕਿਹਾ ਵੀ ਸਾਨੂੰ ਰੋਪੜ ਛੱਡਿਆ ਇੱਥੇ ਨਿਹੰਗ ਖਾਂ ਦੇ ਘਰੇ, ਕਿਉਂਕਿ ਸਾਹਿਬਾਂ ਕਿਹਾ ਸੀ ਜਿਹੜਾ ਵਿਛੜ ਜਾਵੇ ਉਹ ਨਿਹੰਗ ਖਾਂ ਦੇ ਘਰੇ ਆ ਜਾਏ। ਅਤੇ ਮਾਤਾ ਗੁਜਰੀ ਜੀ ਕਹਿੰਦੇ ਵੀ ਸਾਨੂੰ ਰੋਪੜ ਛੱਡ ਕੇ ਆ, ਪਰ ਇਹ ਬੇਈਮਾਨ ਕਹਿੰਦਾ ਮਾਤਾ ਜੀ ਉੱਥੇ ਹਜੇ ਬਹੁਤ ਸਖਤ ਪਹਿਰੇ ਹਨ, ਮੈਂ ਉੱਥੇ ਨਹੀਂ ਤੁਹਾਨੂੰ ਹਜੇ ਖੜ ਸਕਦਾ। ਹੋਰ ਰੋਪੜ ਦੇ ਰਸਤੇ 'ਤੇ ਮਾਤਾ ਨੇ ਕਿਹਾ ਸੀ, ਪਰ ਆਪਣੇ ਨਗਰ ਵੱਲ ਨੂੰ ਇਹਨੇ ਰਾਹੇ ਪਾ ਲਿਆ। ਆਪਾਂ ਇਹੀ ਪੜ੍ਹਦੇ ਸੁਣਦੇ ਆਏ ਹਾਂ ਵੀ ਘਰੇ ਲੈ ਗਿਆ, ਕਈ ਨਵੀਆਂ ਲਿਖਤਾਂ 'ਚ ਵੀ ਸਾਹਮਣੇ ਆਇਆ ਵੀ ਘਰੇ ਵੀ ਨਹੀਂ ਸੀ ਖੜਿਆ, ਮਾਤਾ ਜੀ ਨੂੰ ਬਾਹਰ ਹੀ ਰੱਖਿਆ ਨੇ ਕਿਸੇ ਝੋਂਪੜੀ ਜੀ ਦੇ ਵਿੱਚ, ਕਿਉਂਕਿ ਘਰੇ ਲਿਆਉਣਾ ਇਹਦਾ ਮਕਸਦ ਹੀ ਨਹੀਂ ਸੀ। ਇਹਦਾ ਮਕਸਦ ਸੀ ਵੀ ਜੋ ਮਾਇਆ ਮਾਤਾ ਗੁਜਰੀ ਜੀ ਦੇ ਕੋਲ ਹੈ ਬਸ ਉਹ ਮੇਰੇ ਕੋਲ ਆ ਜਾਵੇ, ਫਿਰ ਮੈਂ ਇਹਨਾਂ ਨੂੰ ਜੰਗਲ 'ਚ ਭਟਕਦਿਆਂ ਵੀ ਛੱਡ ਜਾਵਾਂਗਾ। ਸੋ ਰਹੋ ਵਿਚਾਰ, ਮਾਤਾ ਜੀ ਨੂੰ ਆਪਣੇ ਕੋਲ ਲੈ ਗਿਆ, ਵੇਖਦਾ ਰਿਹਾ ਵੀ ਇਹ ਸੌਣ, ਪਰ ਮਾਤਾ ਜੀ ਹੁਣ ਆਪਣਾ ਲਾਲ ਵਿਛੜਿਆ ਹੈ, ਪੋਤਰੇ ਪਰਿਵਾਰ ਵਿਛੜਿਆ ਏ, ਛੋਟੇ ਬੱਚਿਆਂ ਦਾ ਫਿਕਰ ਹੈ, ਨੀਂਦ ਕਿੱਥੇ ਪੈਂਦੀ ਹੈ, ਸਾਰੀ ਰਾਤ ਇਵੇਂ ਲੰਘ ਲੰਘਾ ਗਈ। ਕੁਝ ਸਮਾਂ ਟਿਕੇ ਤਾਂ ਇਹਨੂੰ ਲੱਗਾ ਵੀ ਸੌ ਗਏ ਨੇ। ਉਹ ਧਨ ਚੁਰਾਉਣ ਦੇ ਵਾਸਤੇ ਜਦੋਂ ਆਇਆ, ਮਾਤਾ ਜੀ ਨੇ ਵੇਖ ਲਿਆ ਪਰ ਬੋਲੇ ਨਾ ਕੁਝ। ਅੱਠ ਪੋਹ ਦੀ ਰਾਤ ਤਾਂ ਇੱਥੇ ਲੰਘੀ। ਫਿਰ ਅਗਲੀ ਸਵੇਰ ਮਾਤਾ ਜੀ ਨੇ ਕਿਹਾ ਵੀ ਗੰਗੂ ਬੇਟਾ, ਇੱਥੇ ਧਨ ਰੱਖਿਆ ਸੀ, ਸਾਂਭ ਲਿਆ ਅਤੇ ਚੰਗਾ ਕੀਤਾ ਹੈ ਤੂੰ। ਉਲਟਾ ਮਾਤਾ ਜੀ ਨਾਲ ਝਗੜ ਗਿਆ, ਝਗੜਾ ਕਰਕੇ ਰੌਲਾ ਪਾਉਣ ਲੱਗ ਪਿਆ, ਜਾ ਕੇ ਪਿੰਡ ਦੇ ਚੌਧਰੀ ਨੂੰ ਸ਼ਿਕਾਇਤ ਕਰ ਦਿੱਤੀ। ਚੌਧਰੀ ਨੂੰ ਲੈ ਕੇ ਫਿਰ ਖਬਰ ਜਿਹੜੀ ਸੀ ਮੋਰਿੰਡੇ ਕੋਤਵਾਲੀ ਭੇਜਤੀ। ਜਾਨੀ ਖਾਂ ਮਾਨੀ ਖਾਂ ਉੱਥੋਂ ਆਏ ਅਤੇ ਸਾਹਿਬਜ਼ਾਦਿਆਂ ਮਾਤਾ ਜੀ ਨੂੰ ਅੱਠ ਪੋਹ ਦੇ ਦਿਨ ਦੇ ਸਮੇਂ ਗ੍ਰਿਫਤਾਰ ਕਰਕੇ ਅਤੇ ਸਤ ਸੰਗਤ ਜੀ ਮੋਰਿੰਡੇ ਲੈ ਗਏ। ਵਾਹਿਗੁਰੂ, ਅੱਠ ਪੋਹ ਦੀ ਰਾਤ ਤਾਂ ਉਹਦੇ ਘਰੇ ਲੰਘੀ, ਨੌ ਪੋਹ ਦੇ ਦਿਨ ਦੇ ਸਮੇਂ ਮੋਰਿੰਡੇ ਲੈ ਗਏ ਕੋਤਵਾਲੀ। ਅਤੇ ਬਹੁਤਾ ਤਾਂ ਆਪਾਂ ਇਹੀ ਪੜ੍ਹਿਆ ਵੀ ਗੱਡਿਆਂ ਦੇ ਵਿੱਚ ਲੈ ਕੇ ਗਏ ਸਨ। ਇੱਕ ਇਹ ਲਿਖਤ ਵੀ ਸਾਹਮਣੇ ਆਈ ਹੈ ਵੀ ਬੋਰੀਆਂ ਵਿੱਚ ਬੰਨ੍ਹ ਕੇ ਲੈ ਕੇ ਗਏ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਮੋਰਿੰਡੇ।
ਇੰਨਾ ਭਾਰੀ ਕਸ਼ਟ ਦਿੱਤਾ ਹੈ ਵੀ ਕਿਉਂਕਿ ਖੱਚਰਾਂ ਅਤੇ ਬੋਰੀਆਂ 'ਚ ਪਾ ਕੇ ਲੱਦ ਕੇ ਲੈ ਕੇ ਗਏ ਧੰਨ ਨੇ ਉਹ ਮਹਾਰਾਜ ਸਾਹਿਬ ਜੀ ਦੇ ਪਰਿਵਾਰ, ਸਾਹਿਬਜ਼ਾਦੇ, ਮਾਤਾ ਜੀ, ਜਿਨ੍ਹਾਂ ਨੇ ਉਸ ਦੁੱਖ ਨੂੰ ਵੀ ਝੱਲਿਆ, ਕੋਤਵਾਲੀ ਦੇ ਵਿੱਚ ਰਾਤ ਰੱਖਿਆ, ਨੌ ਪੋਹ ਦੀ ਸਖਤੀ ਕਰ ਦਿੱਤੀ ਵੀ ਇਹਨਾਂ ਦਾ ਕੋਈ ਲਿਹਾਜ਼ ਨਾ ਕੀਤਾ ਜਾਵੇ, ਨਹੀਂ ਤਾਂ ਜੇਲ੍ਹ ਵਿੱਚ ਪਏ ਬੰਦੇ ਨੂੰ ਵੀ ਕੁਝ ਨਾ ਕੁਝ ਪੁੱਛਿਆ ਦੱਸਿਆ ਜਾਂਦਾ, ਅਤੇ ਸਖਤੀ ਕਰਕੇ ਨੌ ਪੋਹ ਦੀ ਰਾਤ ਰੱਖਿਆ। ਸਵੇਰ ਹੁੰਦਿਆਂ ਸਰਹੰਦ ਖਬਰ ਦਿੱਤੀ, ਉਹਨਾਂ ਕਿਹਾ ਵੀ ਲੈ ਕੇ ਇੱਥੇ ਆ ਜਾਓ, ਵਜ਼ੀਰ ਖਾਂ ਨੇ ਕਿਹਾ, ਅਤੇ ਗੱਡਿਆਂ ਦੇ ਉੱਤੇ ਲੈ ਕੇ ਗਏ, ਬੇੜੀਆਂ ਪਾਈਆਂ ਹੋਈਆਂ ਸਨ, ਹੱਥ ਘੜੀਆਂ ਸਾਹਿਬਜ਼ਾਦਿਆਂ ਦੇ, ਮਾਤਾ ਜੀ ਦੇ ਹੱਥ ਘੜੀਆਂ ਲਾਈਆਂ ਨੇ, ਬੇੜੀਆਂ ਪਾਈਆਂ। ਵੇਖਣ ਵਾਲੇ ਹੈਰਾਨ ਹੋ ਗਏ ਵੀ ਛੋਟੇ ਛੋਟੇ ਮਾਸੂਮ ਬੱਚੇ ਦੇ ਬਿਰਧ ਮਾਤਾ ਜਿਨ੍ਹਾਂ ਨੂੰ ਹੱਥ ਘੜੀਆਂ ਦੇ ਵਿੱਚ ਅਤੇ ਬੇੜੀਆਂ ਦੇ ਵਿੱਚ ਇੱਦਾਂ ਜਕੜਿਆ ਹੋਇਆ ਵੀ ਜਿਵੇਂ ਬਹੁਤ ਵੱਡੇ ਕੋਈ ਇਹ ਧਾੜਵੀ ਹੋਣ, ਬਹੁਤ ਵੱਡੇ ਕੋਈ ਡਾਕੂ ਹੋਣ। ਛੋਟਿਆਂ ਬੱਚਿਆਂ ਦੇ ਬਿਰਧ ਮਾਤਾ ਨੇ ਐਸਾ ਸਲੂਕ ਕੀਤਾ। ਫਿਰ ਸਰਹੰਦ ਲੈ ਕੇ ਆਏ ਅਤੇ ਆਹ ਜਿਹੜੀ ਲੰਘੀ ਰਾਤ ਹੈ ਇਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਉਹ ਠੰਡੇ ਬੁਰਜ ਦੇ ਵਿੱਚ ਬਤੀਤ ਕੀਤੀ ਹੈ, ਅਤੇ ਅੱਜ ਤੋਂ ਉਹਨਾਂ ਦੀਆਂ ਪੇਸ਼ੀਆਂ ਹੋਣੀਆਂ ਨੇ। ਡੁਲਾਉਣ ਦਾ ਯਤਨ ਕਰਨਾ ਹੈ, ਧਮਕਾਉਣਾ, ਲਾਲਚ ਦੇਣੇ ਹਨ। ਇਹ ਕਥਾ ਆਪਾਂ ਜਿਉਂ ਜਿਉਂ ਪੇਸ਼ੀਆਂ ਦੀ ਹੈ ਉਹ ਆਉਣ ਵਾਲੇ ਸਮੇਂ 'ਚ ਨਾਲ ਦੀ ਨਾਲ ਇਤਿਹਾਸ ਸਾਹਿਬਜ਼ਾਦਿਆਂ ਦੇ ਜੋ ਬਚਨ ਬਲਾਸ ਹੋਏ ਸਰਵਣ ਕਰਾਂਗੇ। ਇੰਨੀ ਕੁ ਵਿਚਾਰ ਕਰਨ ਦਾ ਭਾਵ ਇਹ ਵੀ ਸੀ ਸਾਨੂੰ ਥੋੜ੍ਹਾ ਜਿਹਾ ਉੱਧਰ ਖਿਆਲ ਰਹੇ, ਅਨੁਭਵ ਜਿਹਾ ਹੋਵੇ ਵੀ ਆਪਾਂ ਵੀ ਠੰਡ ਦੇ ਵਿੱਚੋਂ ਆਉਂਦੇ ਜਾਂਦੇ ਹਾਂ, ਵੀ ਇਹ ਠੰਡ ਦਾ ਦੁੱਖ ਝੱਲ ਕੇ ਵੀ, ਫਿਰ ਮੁਸੀਬਤਾਂ ਝੱਲ ਕੇ ਵੀ ਆਪਣਾ ਸਿਦਕ ਕਾਇਮ ਰੱਖਿਆ, ਧਰਮ ਤੋਂ ਨਹੀਂ ਡੋਲੇ, ਧਰਮ ਨਹੀਂ ਹਾਰਿਆ। ਅਤੇ ਉਹ ਚੀਜ਼ਾਂ ਅਨੁਭਵ ਕਰਨ ਦੇ ਨਾਲ ਸਾਡੇ ਅੰਦਰ ਕੋਈ ਚੰਗੀ ਵਿਚਾਰ ਆਵੇ, ਸਾਡੇ ਬੱਚੇ ਉਹਨਾਂ ਨੂੰ ਸਮਝ ਆਵੇ ਵੀ ਆਪਾਂ ਨੂੰ ਤਾਂ ਹੁਣ ਕੋਈ ਦੁੱਖ ਵੀ ਨਹੀਂ ਹੈ, ਆਪਣੇ ਘਰਾਂ 'ਚ ਹੀ ਹੈ, ਪਰ ਫਿਰ ਵੀ ਧਰਮ ਹਾਰੀ ਜਾ ਰਹੇ ਹਾਂ। ਉਹਨਾਂ ਨੂੰ ਤਾਂ ਲਾਲਚ ਵੀ ਦਿੱਤੇ ਸਨ, ਉਹ ਤਾਂ ਲਾਲਚ ਲੈ ਕੇ ਵੀ ਨਹੀਂ ਡੋਲੇ, ਅਸੀਂ ਬਿਨਾਂ ਲਾਲਚ ਤੋਂ ਧਰਮ ਹਾਰੀ ਜਾ ਰਹੇ ਹਾਂ ਘਰਾਂ 'ਚ ਬੈਠਿਆਂ ਹੀ। ਅੱਜ ਕੱਲ੍ਹ ਮਾਪੇ ਉਹਨਾਂ ਦੀ ਵੀ ਹਾਲਤ ਐਸੀ ਹੈ ਵੀ ਬੱਚਿਆਂ ਨੂੰ ਕੋਈ ਚੰਗੀ ਪਾਸੇ ਲਾਉਂਦੇ ਹੀ ਨਹੀਂ। ਛੋਟੇ ਛੋਟੇ ਬੱਚਿਆਂ ਨੂੰ ਵੀ ਕਹਿਣਗੇ ਗੀਤ ਸੁਣਾ, ਜੇ ਕੋਈ ਗਾਣਾ ਸੁਣਾਵੇ ਬੜੇ ਖੁਸ਼ ਹੁੰਦੇ ਆ ਵੀ ਇਹ ਗੀਤ ਗਾਉਂਦਾ ਹੈ, ਜੇ ਕਿਸੇ ਨੂੰ ਗਾਲ ਕੱਢ ਦੇ ਕਹਿੰਦੇ ਗਾਲ ਕੱਢ ਕੇ ਦੱਸ, ਗਾਲ ਕੱਢੇ ਤੋਂ ਖੁਸ਼ ਹੁੰਦੇ ਆ। ਫਿਰ ਉਹਨਾਂ ਦੇ ਕੋਲ ਧਰਮ ਕਿਵੇਂ ਤੁਸੀਂ ਭਾਲਦੇ ਹੋ ਜਿਨ੍ਹਾਂ ਨੂੰ ਛੋਟੇ ਛੋਟਿਆਂ ਨੂੰ ਬੇਸਮਝਾਂ ਨੂੰ ਤੁਸੀਂ ਗਾਲਾਂ ਕਢਾਉਂਦੇ, ਗੀਤ ਗਵਾਉਂਦੇ ਹੋ, ਕੋਈ ਕਿਸੇ ਪ੍ਰਕਾਰ ਉਹਨਾਂ ਦੀ ਸੰਭਾਲ ਨਾ ਕਰਨੀ ਪਵੇ, ਟੀ ਵੀ ਲਾ ਕੇ ਵੀ ਇੱਥੇ ਬੈਠਾ ਰਹੋ, ਚੁੱਪ ਕਰਕੇ ਬੈਠ ਜਾ, ਬਾਹਰ ਠੰਡ ਹੈ, ਨਾ ਗੁਰੂ ਘਰ ਬੱਚਿਆਂ ਨੂੰ ਲੈ ਕੇ ਆਉਣਾ, ਨਾ ਕੋਈ ਸਿੱਖਿਆ ਦੇਣੀ। ਇਹ ਕਮਜ਼ੋਰੀ ਬਹੁਤ ਵੱਡੀ ਸਾਡੇ ਵਿੱਚ ਆਈ ਹੈ, ਸਤਿਗੁਰੂ ਸਾਹਿਬ ਸਾਨੂੰ ਬਖਸ਼ ਲੈਣ, ਮਹਾਰਾਜ ਸਾਨੂੰ ਪਾਪੀਆਂ ਨੂੰ ਭੁੱਲਿਆਂ ਨੂੰ ਸਿੱਧੇ ਰਸਤੇ ਆਪ ਹੀ ਪਾ ਲੈਣ, ਇਹ ਬੇਨਤੀ ਕਰੀਏ। ਆਓ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਲੜੀਵਾਰ ਜੋ ਕਥਾ, ਜੋ ਉਪਦੇਸ਼ ਸਾਨੂੰ ਸਤਿਗੁਰੂ ਸਾਹਿਬ ਜੀ ਬਖਸ਼ ਰਹੇ ਹਨ, ਭਾਵਨਾ ਦੇ ਨਾਲ ਸਰਵਣ ਕਰਨ ਵਾਸਤੇ ਇਕਾਗਰਤਾ ਬਖਸ਼ੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਚੌਥਾ।
ਹਰ ਜਨ ਸੰਤ ਮਿਲੋ ਮੇਰੇ ਭਾਈ। ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅੰਗ 95 ਦੇ ਉੱਤੇ ਮਾਝ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਤੀਸਰਾ ਸ਼ਬਦ ਜੋ ਹੈ ਆਰੰਭ ਹੋ ਰਿਹਾ ਹੈ। ਹਰ ਜਨ ਸੰਤ ਮਿਲੋ ਮੇਰੇ ਭਾਈ। ਮਹਾਰਾਜ ਜੀ ਕਹਿੰਦੇ ਹੇ ਹਰੀ ਦੇ ਜਨ, ਹਰੀ ਨੂੰ ਜਾਣਨ ਵਾਲੇ ਹੋ, ਜਿਨ੍ਹਾਂ ਨੇ ਹਰੀ ਨੂੰ ਜਾਣ ਲਿਆ ਹੈ, ਜਿਨ੍ਹਾਂ ਨੂੰ ਪਰਮੇਸ਼ੁਰ ਦਾ ਅਨੁਭਵ ਹੋ ਗਿਆ ਹੈ, ਉਹਨਾਂ ਨੂੰ ਹਰ ਜਨ ਕਹਿੰਦੇ ਨੇ। ਜਿਹੜੇ ਰੱਬ ਦੇ ਸੇਵਕ ਹੈ, ਰੱਬ ਦੇ ਪ੍ਰੇਮੀ ਹੈ, ਰੱਬ ਦੇ ਦਾਸ ਨੇ। ਅਤੇ ਚੌਥੇ ਪਾਤਸ਼ਾਹ ਸ਼ਬਦ ਦੇ ਵਿੱਚ ਆਪ ਆਪਣਾ ਅਨੁਭਵ ਵੀ ਦੱਸ ਰਹੇ ਨੇ ਅਤੇ ਸਾਨੂੰ ਜੁਗਤੀ ਦੱਸ ਰਹੇ ਹਨ ਵੀ ਤੁਸੀਂ ਕਿਵੇਂ ਆਨੰਦ ਮਾਣ ਸਕਦੇ ਹੋ। ਕਹਿੰਦੇ ਵੀ ਹਰ ਜਨ ਇਹ ਹਰੀ ਦੀ ਜਾਣਨ ਵਾਲੇ ਅਤੇ ਫਿਰ ਸੰਤ, ਜਿਨ੍ਹਾਂ ਨੂੰ ਸਵਾਸ ਗਰਾਸ ਪਰਮੇਸ਼ੁਰ ਦਾ ਨਾਮ ਨਹੀਂ ਭੁੱਲਦਾ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਰੱਖਦੇ ਹਨ ਹਰ ਸਮੇਂ, ਐਸੇ ਇਹ ਸ਼ਾਂਤ ਰੂਪ ਸੰਤ ਜਨਾਂ ਇਹ ਹਰੀ ਦੇ ਜਨਾਂ ਅਤੇ ਪਰਮੇਸ਼ੁਰ ਦੀ ਹੀ ਅੰਸ ਹੋਣ ਕਰਕੇ ਹੇ ਮੇਰੇ ਭਾਈ ਭਰਾਵੋ ਮਿਲਣਾ ਕਰੋ ਮੈਨੂੰ। ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਮੇਰਾ ਹਰੀ ਪ੍ਰਭੂ ਪਰਮੇਸ਼ੁਰ ਜੋ ਹੈ ਉਹਦੇ ਬਾਰੇ ਮੈਨੂੰ ਦੱਸੋ ਕੁਝ, ਉਸ ਮਾਲਕ ਦੇ ਮੈਨੂੰ ਦਰਸ਼ਨ ਕਰਾਓ। ਹੇ ਗੁਰਸਿੱਖੋ ਹੇ ਸੰਤੋ, ਤੁਸੀਂ ਆਪ ਵਾਹਿਗੁਰੂ ਦੇ ਦਰਸ਼ਨ ਕੀਤੇ ਹਨ ਅਤੇ ਮੈਨੂੰ ਮਿਲ ਕੇ ਵੀ ਭਰਾਵੋ ਕੋਈ ਸਮਝ ਦਿਓ, ਕੋਈ ਸਿੱਖਿਆ ਦਿਓ। ਮੇਰਾ ਹਰ ਪ੍ਰਭ ਜੋ ਹਰੀ ਸਭ ਦੇ ਪਾਪਾਂ ਦੁੱਖਾਂ ਨੂੰ ਹਰ ਲੈਣ ਵਾਲਾ ਅਤੇ ਪ੍ਰਭ ਸਮਰੱਥ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ, ਉਸ ਮਾਲਕ ਦੇ ਬਾਰੇ ਮੈਨੂੰ ਦੱਸੋ, ਕੋਈ ਉਪਦੇਸ਼ ਦੇਵੋ, ਮੈਨੂੰ ਉਸ ਮਾਲਕ ਦੇ ਦਰਸ਼ਨ ਕਰਾਓ। ਮੈਂ ਭੁੱਖ ਲਗਾਈ, ਸਾਡੇ ਅੰਦਰ ਬਹੁਤੀ ਭੁੱਖ ਇੱਛਾ ਆਸ ਲੱਗੀ ਹੋਈ ਆ, ਖਾਹਿਸ਼ ਲੱਗੀ ਹੋਈ ਆ ਉਸ ਵਾਹਿਗੁਰੂ ਦੇ ਦਰਸ਼ਨ ਕਰਨ ਦੀ। ਮੇਰੇ ਸਰਦਾ ਪੂਰ ਜਗ ਜੀਵਨ ਦਾਤੇ। ਹੇ ਗੁਰਸਿੱਖ ਸੰਤ ਜਨੋ, ਜੋ ਸਾਡੀ ਜਗਤ ਦੇ ਜੀਵਨ ਮਾਲਕ ਪਰਮੇਸ਼ੁਰ ਨੂੰ ਮਿਲਣ ਦੀ ਉਹਦੇ ਦਰਸ਼ਨ ਕਰਨ ਦੀ ਸ਼ਰਧਾ ਹੈ ਨਾ, ਆਪ ਕਿਰਪਾ ਕਰਕੇ ਸਾਡੀ ਉਹ ਸ਼ਰਧਾ ਪੂਰੀ ਕਰ ਦਿਓ। ਮਿਲ ਹਰ ਦਰਸ਼ਨ ਮਨ ਭੀਜੈ ਜੀਓ। ਭੀਜੈ ਖਿੱਚ ਕੇ ਬੋਲੋ। ਮਿਲ ਹਰ ਦਰਸ਼ਨ ਮਨ ਭੀਜੈ ਜੀਓ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਮਿਲ ਹਰ ਦਰਸ਼ਨ, ਜਦੋਂ ਹਰੀ ਪਰਮੇਸ਼ੁਰ ਦੇ ਦਰਸ਼ਨ ਸਾਨੂੰ ਮਿਲ ਜਾਣ ਤਾਂ ਉਹਨਾਂ ਦਰਸ਼ਨਾਂ ਦੇ ਵਿੱਚ ਜਿਹੜਾ ਮੇਰਾ ਮਨ ਹੈ ਉਹ ਭੀਜੇ ਪ੍ਰਸੰਨ ਹੁੰਦਾ ਹੈ। ਵਾਹਿਗੁਰੂ ਦੇ ਦਰਸ਼ਨ ਕਰਕੇ ਸਾਨੂੰ ਪ੍ਰਸੰਨਤਾ ਮਿਲੇ, ਭਿੱਜ ਜਾਈਏ ਭਾਵ ਆਨੰਦ ਮਾਣੀਏ, ਅਤੇ ਕਿਰਪਾ ਕਰਕੇ ਸਾਨੂੰ ਦਰਸ਼ਨ ਵਾਹਿਗੁਰੂ ਦੇ ਕਰਾਓ। ਜਾਂ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ, ਜਗਤ ਦਾ ਜੀਵਨ ਰੂਪ ਬ੍ਰਹਮ ਗਿਆਨ ਦੀਆਂ ਦਾਤਾਂ ਦੇਣ ਵਾਲੇ ਦਾਤੇ ਸਤਿਗੁਰੂ ਸਾਹਿਬ ਜੀ, ਉਹ ਮੇਰੀ ਜੋ ਇਹ ਸ਼ਰਧਾ ਲੱਗੀ ਹੈ ਨਾ ਵਾਹਿਗੁਰੂ ਦੇ ਦਰਸ਼ਨ ਕਰਨ ਦੀ, ਇਹ ਮੇਰੀ ਸ਼ਰਧਾ ਆਪ ਜੀ ਪੂਰੀ ਕਰ ਦਿਓ। ਮਿਲ ਹਰ ਦਰਸ਼ਨ ਮਨ ਭੀਜੈ ਜੀਓ, ਕਿਉਂਕਿ ਹਰੀ ਨੂੰ ਮਿਲ ਕੇ ਵਾਹਿਗੁਰੂ ਦੇ ਦਰਸ਼ਨ ਕਰਕੇ ਹੀ ਸਾਡਾ ਮਨ ਆਨੰਦਿਤ ਹੁੰਦਾ ਹੈ। ਵਾਹਿਗੁਰੂ ਦੇ ਦਰਸ਼ਨ ਕਰਕੇ ਅਸੀਂ ਖੁਸ਼ ਰਹੀਏ, ਪ੍ਰਸੰਨ ਰਹੀਏ ਜੀ। ਮਿਲ ਸਤ ਸੰਗ ਬੋਲੀ ਹਰ ਬਾਣੀ। ਜਿਹੜਾ ਮਹਾਰਾਜ ਨੇ ਪਿਛਲੀ ਤੁਕ ਚ ਕਿਹਾ ਨਾ ਵੀ ਮੇਰਾ ਮਨ ਦਰਸ਼ਨ ਕਰਕੇ ਖੁਸ਼ ਹੁੰਦਾ, ਅਸਲ ਸਾਨੂੰ ਜਣਾਇਆ ਹੈ ਵੀ ਤੁਸੀਂ ਪਰਖ ਕਰਕੇ ਵੇਖ ਲਓ ਵੀ ਤੁਹਾਡਾ ਮਨ ਗੁਰਸਿੱਖੋ ਕਿਹਦੇ ਵੱਲ ਖੁਸ਼ ਹੁੰਦਾ। ਕੁਝ ਚਾਰ ਪੈਸੇ ਵੱਧ ਹੱਥ ਵਿੱਚ ਆਉਣ ਤਾਂ ਖੁਸ਼ ਹੁੰਦੇ ਹੋ, ਕਿਸੇ ਦਾ ਨੁਕਸਾਨ ਹੁੰਦਾ ਵੇਖੋ ਕਿਸੇ ਨੂੰ ਤਾਂ ਖੁਸ਼ੀ ਮਿਲਦੀ ਹੈ। ਕਹਿੰਦੇ ਵੀ ਕੋਈ ਖੁਸ਼ ਤਾਂ ਹੁੰਦਾ ਹੈ
ਕਹਿੰਦਾ ਵੀ ਸਾਰੇ ਮੇਰੇ ਅੱਗੇ ਨਿਭ ਗਏ ਹਨ। ਕੋਈ ਖੁਸ਼ ਤਾਂ ਹੁੰਦਾ ਵੀ ਮੈਨੂੰ ਕਹਿੰਦੇ ਅਹੁਦਾ ਵੱਡਾ ਮਿਲ ਗਿਆ ਹੈ, ਕੋਈ ਪਦਾਰਥ ਚੰਗਾ ਖਾ ਕੇ ਖੁਸ਼ ਹੋ ਜਾਂਦਾ, ਕੋਈ ਵਿਸ਼ੇ ਭੋਗ ਕੇ ਖੁਸ਼ ਹੁੰਦਾ ਏ ਵੀ ਮੈਂ ਵਿਸ਼ੇ ਭੋਗੇ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਤੁਸੀਂ ਆਪਣੇ ਆਪ ਨੂੰ ਤੋਲ ਸਕਦੇ ਹੋ, ਅਸਲ 'ਚ ਤੱਕੜੀ ਰੱਖਤੀ ਮਹਾਰਾਜ ਨੇ ਸਾਡੇ ਅੱਗੇ। ਉਹਨਾਂ ਦੱਸਤਾ ਵੀ ਸਾਡਾ ਮਨ ਤਾਂ ਵਾਹਿਗੁਰੂ ਅਕਾਲ ਪੁਰਖ ਨੂੰ ਮਿਲ ਕੇ ਉਹਦੇ ਦਰਸ਼ਨ ਕਰਕੇ ਖੁਸ਼ ਹੁੰਦਾ, ਅਤੇ ਹੁਣ ਆਪਾਂ ਵੇਖ ਲਈਏ ਵੀ ਸਾਡਾ ਮਨ ਖੁਸ਼ ਹੁੰਦਾ ਕਿਹੜੇ ਪਾਸੇ ਨੂੰ ਹੈ। ਫਿਰ ਇਹ ਨਾਲ ਦੀ ਨਾਲ ਵਿਚਾਰ ਆ ਜੂ ਨਾ ਵੀ ਅਸੀਂ ਕਿੱਥੇ ਖਲੋਤੇ ਹਾਂ, ਵੀ ਸਾਡੇ ਮਨ 'ਚ ਵੀ ਕਦੀ ਚਾਹ ਹੈ ਵੀ ਮਹਾਰਾਜ ਸਾਨੂੰ ਦਰਸ਼ਨ ਹੋਣ। ਕਿਉਂਕਿ ਬੜੀ ਗੰਭੀਰਤਾ ਵਾਲੀ ਅੰਤਰੀ ਭਾਵ ਵਾਲੀ ਵਿਚਾਰ ਹੈ ਜਿਹੜਾ ਦਰਸ਼ਨ ਕਰਨ ਦੀ ਖਾਹਿਸ਼ ਰੱਖਣੀ। ਬਹੁਤ ਅਸੀਂ ਬਾਹਰ ਹੀ ਬਿਰਤੀ ਲੱਗੀ ਹੈ, ਬਾਹਰ ਬਾਹਰ ਦੇ ਕੰਮਾਂ 'ਤੇ ਧਿਆਨ ਹੈ, ਬਾਹਰ ਬਾਹਰ ਵਾਲੇ ਸਾਰੇ ਕੰਮ ਸਾਨੂੰ ਆਉਂਦੇ ਨੇ। ਜਿਹੜਾ ਅੰਦਰ ਦਾ ਮਾਰਗ ਹੈ ਨਾ, ਇਹ ਤਾਂ ਕੋਟਲ ਮਹਿ ਨਾਨਕ ਕਉ ਨਾਰਾਇਣ ਜਿਹ ਚੀਜ਼, ਅਤੇ ਕਰੋੜਾਂ 'ਚੋਂ ਇੱਕ ਵਾਲੀ ਖੇਡ ਹੈ ਜਿਹੜੀ ਮਹਾਰਾਜ ਦੱਸ ਰਹੇ ਨੇ। ਕਿਉਂਕਿ ਅਸਲੀਅਤ ਹੈ, ਸੰਗਤ ਵਿੱਚ ਕੋਈ ਗੁਰਮੁਖ ਹੋਵੇਗਾ ਜਿਹਨੇ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਹੋਵੇ, ਜੋ ਦਰਸ਼ਨ ਕਰਦਾ ਜਾਂ ਦਰਸ਼ਨਾਂ ਦੀ ਭਾਵਨਾ ਰੱਖਦਾ ਹੈ, ਨਹੀਂ ਤਾਂ ਸਾਡਾ ਬਹੁਤਿਆਂ ਦਾ ਇੱਧਰਲੇ ਬੰਨੇ ਕੋਈ ਖਿਆਲ ਨਹੀਂ, ਸਾਨੂੰ ਇਸ ਬਾਰੇ ਸਮਝ ਨਹੀਂ। ਕਿਉਂਕਿ ਅਸੀਂ ਆਪਣੀ ਮਤ ਨੂੰ ਗੁਰਬਾਣੀ ਅਨੁਸਾਰ ਨਹੀਂ ਰੱਖਦੇ, ਗੁਰਬਾਣੀ ਪੜ੍ਹਦੇ ਨਹੀਂ ਹੈ, ਪਾਠ ਕਰਨ ਦਾ ਸਮਾਂ ਨਹੀਂ ਕਿਸੇ ਕੋਲ। ਜੇ ਨਿਤਨੇਮ ਕਰਨਾ ਵੀ ਪਵੇ ਉਹ ਵੀ ਛੇਤੀ ਛੇਤੀ ਹੁੰਦਾ ਵੀ ਪੂਰਾ ਹੋ ਜਾਵੇ। ਉੱਥੇ ਬਸ ਇਹੀ ਹੈ ਵੀ ਇਹ ਕਹਿ ਲਈਏ ਵੀ ਅਸੀਂ ਨਿਤਨੇਮ ਕੀਤਾ ਹੈ, ਪਰ ਨਿਤਨੇਮ 'ਚੋਂ ਪ੍ਰਾਪਤ ਕੀ ਕੀਤਾ ਹੈ ਇਹ ਕੋਈ ਵਿਰਲਾ ਗੁਰਮੁਖ ਕਹਿ ਸਕਦਾ ਹੈ। ਸੋ ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਵੀ ਸਾਡਾ ਮਨ ਖੁਸ਼ ਹੁੰਦਾ ਹੈ ਜਦੋਂ ਵਾਹਿਗੁਰੂ ਦੇ ਦਰਸ਼ਨ ਹੋਣ, ਸਾਡਾ ਮਨ ਪ੍ਰਸੰਨ ਹੁੰਦਾ ਹੈ ਵਾਹਿਗੁਰੂ ਦੇ ਦਰਸ਼ਨ ਕਰਕੇ। ਹਰ ਹਰ ਕਰੋ ਫਿਰ ਮੇਰਾ ਮੇਲ ਸਤ ਸੰਗ ਬੋਲੀ ਹਰ ਬਾਣੀ। ਸੋ ਇਸ ਪ੍ਰਕਾਰ ਦੇ ਨਾਲ ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ ਨੇ ਮੇਲ ਸਤ ਸੰਗ ਬੋਲੀ ਹਰ ਬਾਣੀ, ਵੀ ਅਸੀਂ ਸਤ ਸੰਗਤ ਦੇ ਨਾਲ ਮਹਾਰਾਜ ਮਿਲੀਏ। ਸੰਗ ਹੁੰਦਾ ਹੈ ਇਕੱਠ, ਅਤੇ ਸਤ ਤੋਂ ਭਾਵ ਸਚਿਆਈ ਵਾਲਾ ਇਕੱਠ, ਜਿੱਥੇ ਸਤ ਸੰਗਤ ਹੈ ਉਹਦੇ ਨਾਲ ਮਿਲ ਕੇ ਹਰੀ ਪਰਮੇਸ਼ਰ ਦੀ ਜੋ ਬਾਣੀ ਹੈ, ਵਾਹਿਗੁਰੂ ਦੀ ਸਿਫਤ ਨੂੰ ਅਸੀਂ ਬੋਲੀ ਬੋਲਦੇ ਹਾਂ, ਜਾਂ ਐਸੀ ਕਿਰਪਾ ਕਰੋ ਵਾਹਿਗੁਰੂ ਦੀ ਸਿਫਤ ਦੀ ਬਾਣੀ ਬੋਲਦੇ ਰਹੀਏ। ਹਰ ਹਰ ਕਥਾ ਮੇਰਾ ਮਨ ਭਾਣੀ। ਕਿਉਂਕਿ ਕਿਸੇ ਨੂੰ ਭਾਵੇਂ ਕੁਝ ਭਾਉਂਦਾ ਹੋ, ਕਿਸੇ ਨੂੰ ਕੁਝ ਸੁਣਨਾ ਚੰਗਾ ਲੱਗਦਾ ਹੋ, ਪਰ ਸਾਨੂੰ ਤਾਂ ਹਰ ਹਰ ਪਰਮੇਸ਼ਰ ਦੀ ਜੋ ਸਿਫਤ ਵਾਲੀ ਕਥਾ ਉਹੀ ਮਨ ਵਿੱਚ ਭਾਣੀ ਭਾਉਂਦੀ ਚੰਗੀ ਲੱਗਦੀ ਹੈ। ਵਾਹਿਗੁਰੂ ਦੀ ਕਥਾ ਸੁਣਨੀ ਚੰਗੀ ਲੱਗਦੀ ਹੈ, ਕਥਾ ਸੁਣਿਆ ਕਰੋ ਜਿਹ 'ਚ ਵਾਹਿਗੁਰੂ ਦੀ ਸਿਫਤ ਹੋਵੇ, ਜਿਹਦੇ ਵਿੱਚ ਪਰਮੇਸ਼ਰ ਦੇ ਗੁਣ ਕਹੇ ਜਾਣ, ਜਿਹਦੇ ਵਿੱਚ ਵਾਹਿਗੁਰੂ ਦੇ ਸਰੂਪ ਦੇ ਦਰਸ਼ਨ ਦੀ ਬਾਬਤ ਵਿਚਾਰ ਚੱਲੇ, ਉਹ ਹਰ ਹਰ ਪਰਮੇਸ਼ਰ ਦੀ ਕਥਾ ਹੀ ਸਾਹਿਬ ਕਹਿੰਦੇ ਸਾਡੇ ਮਨ ਨੂੰ ਭਾਉਂਦੀ ਚੰਗੀ ਲੱਗਦੀ ਹੈ। ਭਾਈ ਸਭ ਕਥਾਵਾਂ ਵਿੱਚੋਂ ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੰਤ ਦਰਦ ਦੁੱਖ ਲਥਾ। ਹਾਂ ਠੀਕ ਹੈ ਵੀ ਬਹੁਤ ਕਥਾਵਾਂ ਨੇ ਦੁਨੀਆਂ 'ਚ, ਪਰ ਉੱਤਮ ਕਥਾ ਹਰੀ ਪਰਮੇਸ਼ਰ ਦੀ ਹੈ, ਜਿਹ 'ਚ ਕੇਵਲ ਰੱਬ ਦੀ ਗੱਲ ਹੋਵੇ ਅਤੇ ਰੱਬ ਦੇ ਗੁਣ ਅਤੇ ਰੱਬ ਦੀ ਮਹਿਮਾ, ਉਹੀ ਸਾਡੇ ਮਨ ਨੂੰ ਚੰਗੀ ਲੱਗਦੀ ਹੈ। ਹਰ ਹਰ ਅੰਮ੍ਰਿਤ ਹਰ ਮਨ ਭਾਵੈ। ਹਰ ਹਰ ਪਰਮੇਸ਼ਰ ਜੋ ਹੈ ਉਹਦਾ ਨਾਮ ਅੰਮ੍ਰਿਤ ਹੈ, ਜਿਵੇਂ ਅੰਮ੍ਰਿਤ ਛਕਣ ਦੇ ਨਾਲ ਜੋ ਜੀਵਨ ਅਮਰ ਹੋ ਜਾਂਦਾ ਹੈ, ਆਤਮਕ ਜੀਵਨ ਬਣ ਜਾਂਦਾ ਹੈ, ਇਵੇਂ ਹਰ ਹਰ ਪਰਮੇਸ਼ਰ ਦਾ ਜੋ ਅੰਮ੍ਰਿਤ ਨਾਮ ਹੈ ਜੋ ਮ੍ਰਿਤੂ ਤੋਂ ਰਹਿਤ ਕਰ ਦਿੰਦਾ ਹੈ, ਜਿਹੜਾ ਵਾਰ ਵਾਰ ਵਿਕਾਰਾਂ 'ਚ ਨਹੀਂ ਮਰਨ ਦਿੰਦਾ, ਵਿਸ਼ੇ ਵਿਕਾਰਾਂ ਵੱਲੋਂ
ਦੁੱਖਾਂ ਵਿੱਚ ਮਰਨ ਵੱਲੋਂ, ਜੰਮਣ ਮਰਨ ਦੇ ਮਰਨ ਵੱਲੋਂ ਬਚਾ ਲੈਂਦਾ ਹੈ। ਉਹ ਹਰ ਹਰ ਜੋ ਅੰਮ੍ਰਿਤ ਸਰੂਪ ਹੈ, ਉਹ ਹਰੀ ਦਾ ਨਾਮ ਜਪਣਾ ਹੀ ਸਾਡੇ ਮਨ ਨੂੰ ਭਾਵੇ ਭਾਉਂਦਾ ਚੰਗਾ ਲੱਗਦਾ ਹੈ। ਇਹ ਕਥਾ ਤੋਂ ਅੱਗੇ ਨਾਮ ਦੀ ਗੱਲ ਕਿਉਂ ਕਹੀ? ਕਿਉਂਕਿ ਸਾਧ ਸੰਗਤ ਜਿਹੜਾ ਨਾਮ ਜਪਣਾ ਹੈ ਨਾ, ਜਦੋਂ ਆਪਾਂ ਕਥਾ ਕਰਦੇ ਸੁਣਦੇ ਹਾਂ ਸੰਗਤ ਦੇ ਵਿੱਚ, ਉਸ ਵੇਲੇ ਫਿਰ ਸਾਡਾ ਮਨ ਤਿਆਰ ਹੋ ਜਾਂਦਾ ਹੈ। ਉਂਝ ਕਹੀਏ ਕਿਸੇ ਨੂੰ ਤੁਰੇ ਜਾਂਦੇ ਨੂੰ ਕਹਿ ਵਾਹਿਗੁਰੂ, ਉਹ ਨਹੀਂ ਕਹੇਗਾ। ਉਹ ਕਿਸੇ ਨੂੰ ਕਹੀਏ ਵੀ ਨਾਮ ਜਪਿਆ ਕਰੋ, ਉਹ ਸੁਣ ਕੇ ਅਣਸੁਣੀ ਜੀ ਕਰਦਾ, ਕਹਿੰਦਾ ਕੋਈ ਨਹੀਂ ਜਪ ਲਾਂਗੇ ਜਦੋਂ ਵਿਹਲੇ ਹੋ ਕਰ ਲਾਂਗੇ। ਪਰ ਜਦੋਂ ਆਪਾਂ ਕਥਾ ਕਰ ਰਹੇ ਹਾਂ ਜਾਂ ਸੁਣ ਰਹੇ ਹਾਂ ਨਾ, ਇੱਧਰ ਸਾਡਾ ਮਨ ਤਿਆਰ ਹੁੰਦਾ। ਜਦੋਂ ਮਨ ਤਿਆਰ ਹੁੰਦਾ ਉਦੋਂ ਅਸੀਂ ਆਨੰਦ ਲੈ ਸਕਦੇ ਹਾਂ। ਵਾਹਿਗੁਰੂ 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 ਵਾਹਿਗੁਰੂ। ਤਾਂ ਮਹਾਰਾਜ ਕਹਿੰਦੇ ਸਾਨੂੰ ਹਰੀ ਦੀ ਕਥਾ ਹੀ ਮਨ ਨੂੰ ਭਾਉਂਦੀ ਹੈ, ਅਤੇ ਨਾਲ ਹੋਰ ਦੂਜਾ ਹਰ ਹਰ ਪਰਮੇਸ਼ਰ ਦਾ ਅੰਮ੍ਰਿਤ ਨਾਮ ਜਪਣਾ ਸੁਣਨਾ ਮਨ ਨੂੰ ਭਾਉਂਦਾ। ਭਾਉਣਾ ਕੀ ਹੁੰਦਾ? ਚੰਗਾ ਲੱਗਣਾ, ਜਿਹੜੀ ਚੀਜ਼ ਦੇ ਨਾਲ ਮਨ ਜੁੜ ਜਾਣਾ, ਮਨ ਨੂੰ ਖੇੜਾ ਮਿਲਣਾ, ਮਨ ਨੂੰ ਖੁਸ਼ੀ ਮਿਲਣੀ, ਉਹ ਹੈ ਪਰਮੇਸ਼ਰ ਦਾ ਨਾਮ। ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਓ। ਜੇ ਆਪਾਂ ਆਖੀਏ ਮਹਾਰਾਜ ਅਸੀਂ ਕਿਵੇਂ ਨਾਮ ਜਪ ਸਕਦੇ, ਕਹਿੰਦੇ ਵੀ ਮਿਲ ਸਤਿਗੁਰ, ਸਤਿਗੁਰਾਂ ਦੇ ਨਾਲ ਮਿਲ ਕੇ ਹੀ ਪਰਮੇਸ਼ਰ ਦਾ ਅੰਮ੍ਰਿਤ ਨਾਮ ਪੀਜੈ ਜੀਓ ਪੀਣਾ ਕਰੀਦਾ ਹੈ। ਨਾਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਅਸੀਂ ਸਤਿਗੁਰਾਂ ਦੇ ਨਾਲ ਮਿਲ ਕੇ ਨਾਮ ਅੰਮ੍ਰਿਤ ਪੀਂਦੇ ਛਕਦੇ ਭਾਵ ਅਭਿਆਸ ਕਰਦੇ ਹਾਂ ਜੀ। ਵਡ ਭਾਗੀ ਹਰ ਸੰਗਤ ਪਾਵਹੇ। ਪਰ ਨਾਲ ਹੀ ਕਹਿੰਦੇ ਵੀ ਸੰਗਤ ਵੀ ਧਾਰਿਕ ਨੂੰ ਨਹੀਂ ਨਾ ਮਿਲਦੀ। ਵਡ ਭਾਗੀ ਹਰ ਸੰਗਤ ਪਾਵਹੇ, ਜਿਹਦੇ ਵੱਡੇ ਭਾਗ ਹਨ ਨਾ, ਉਹਨੂੰ ਹਰੀ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਸੰਗਤ ਮਿਲਦੀ। ਉਹੀ ਹਰੀ ਦੀ ਸਤ ਸੰਗਤ ਨੂੰ ਪਾਵਹੇ ਪਾਉਣਾ ਕਰਦਾ ਹੈ, ਜਾਂ ਵੱਡੇ ਭਾਗਾਂ ਵਾਲਾ ਹੀ ਸਤ ਸੰਗਤ ਦੇ ਵਿੱਚੋਂ ਹਰੀ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ। ਉਂਝ ਆਉਣ ਜਾਣ ਨੂੰ ਤਾਂ ਬਥੇਰੇ ਆ ਜਾਂਦੇ ਨੇ, ਪਰ ਹਰੀ ਦੀ ਸੰਗਤ ਵਿੱਚੋਂ ਵੱਡੇ ਭਾਗਾਂ ਵਾਲਾ ਹੀ ਪਰਮੇਸ਼ਰ ਨੂੰ ਪ੍ਰਾਪਤ ਕਰਦਾ ਏ। ਭਾਗਹੀਨ ਭ੍ਰਮ ਚੋਟਾ ਖਾਵੈ। ਭਾਗਹੀਨ ਭ੍ਰਮ ਚੋਟਾ ਖਾਵੈ, ਤੇ ਜਿਹੜੇ ਭਾਗਾਂ ਤੋਂ ਹੀਣੇ ਪੁਰਖ ਹਨ, ਉਹ ਜਿਹੜੇ ਨਿਕਰਮੇ ਪੁਰਖ ਨੇ, ਉਹ ਭਰਮਦੇ ਰਹਿੰਦੇ ਨੇ, ਇੱਧਰ ਭਰਮ ਲਿਆ ਉੱਧਰ ਭਰਮ ਲਿਆ, ਸਾਰਾ ਦਿਨ ਤੁਰੇ ਫਿਰਨਗੇ ਪਰ ਸੰਗਤ ਦੀ ਹਾਜ਼ਰੀ ਨਹੀਂ ਲਵਾ ਸਕਦੇ। ਭਰਮਦੇ ਹਨ, ਚੋਟਾਂ ਖਾਵੇ ਫਿਰ ਚੋਟਾਂ ਮਾਰਾਂ ਖਾਂਦੇ ਨੇ, ਵਿਕਾਰਾਂ ਦੀਆਂ ਚੋਟਾਂ ਖਾਂਦੇ ਹੈ,
ਕਦੀ ਉਹਨਾਂ ਨੂੰ ਵਕਾਰ ਤੰਗ ਕਰਦੇ ਆ, ਫਿਰ ਅੱਗੇ ਜਮਾਂ ਦੀਆਂ ਚੋਟਾਂ ਖਾਂਦੇ ਆ, ਜਮ ਫਿਰ ਹਿਸਾਬ ਕਰਦੇ ਆ ਵੀ ਆ ਤੈਨੂੰ ਦੱਸਦੇ ਪੁੱਠੇ ਕੰਮਾਂ ਦਾ, ਤੈਨੂੰ ਲੇਖਾ ਹਿਸਾਬ ਕਿਤਾਬ ਕਿਵੇਂ ਦੇਈਦਾ। ਸੋ ਇਸ ਤਰ੍ਹਾਂ ਜਮਾਂ ਦੀਆਂ ਹਉਮੈ ਦੀਆਂ ਤਰਕਾਂ ਰੂਪੀ ਚੋਟਾਂ ਖਾਂਦੇ ਆ, ਤਰਕਾਂ ਰੂਪੀ ਚੋਟਾਂ। ਰੱਬ ਦੇ ਪਿਆਰੇ ਸੰਤ ਮਹਾਤਮਾ ਤਰਕਾਂ ਕਰਦੇ ਨੇ, ਫਿਰ ਕਹਿੰਦੇ ਵੀ ਤੁਸੀਂ ਜੰਮੇ ਜੇ, ਤੁਹਾਡੇ ਜੰਮਣ ਕੋ ਖੁਣੋ ਕੀ ਥੁੜਿਆ ਸੀ ਜੇ ਜਨਮ ਲੈ ਕੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਜਿਵੇਂ ਚੌਥੇ ਪਾਤਸ਼ਾਹ ਦਾ ਹੀ ਬਚਨ ਹੈ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਣੀ ਦੇਹ ਫਿਰੇ ਬਿਨ ਨਾਵੈ ਹੋਏ ਖਾਪ ਖਾਪ ਮੋਏ ਰਾਂਝਾ। ਇਹ ਤਰਕਾਂ ਵੀ ਚੋਟਾਂ ਪੈ ਰਹੀਆਂ ਨੇ। ਜਿਵੇਂ ਕਹਿ ਲੈਣਾ ਨਾ ਵੀ ਤੇਰੇ ਜੀਵਨ ਨੂੰ ਤਾਂ ਕਹਿੰਦੇ ਲਾਹਣਤੀ ਆ, ਵੀ ਤੂੰ ਤਾਂ ਐਸੇ ਭੈੜਾ ਨਿਕਲਿਆ। ਸੋ ਇਸ ਤਰ੍ਹਾਂ ਉਹ ਚੋਟਾਂ ਖਾਂਦੇ ਨੇ ਵਿਕਾਰਾਂ ਦੀਆਂ, ਤਰਕਾਂ ਦੀਆਂ, ਅੱਗੇ ਫਿਰ ਜਮਾਂ ਦੀਆਂ ਚੋਟਾਂ ਖਾਂਦੇ ਹਨ ਜਿਹੜੇ ਭਾਗਹੀਣ ਸੰਗਤ ਨਹੀਂ ਕਰਦੇ। ਬਿਨ ਭਾਗਾ ਸਤ ਸੰਗ ਨਾ ਲੱਭੈ। ਪਾਤਸ਼ਾਹ ਕਹਿੰਦੇ ਬਿਨਾਂ ਸ੍ਰੇਸ਼ਟ ਭਾਗਾਂ ਤੋਂ, ਬਿਨਾਂ ਨਿਸ਼ਕਾਮ ਕਰਮਾਂ ਤੋਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ। ਸਤ ਸੰਗਤ ਦੇ ਵਿੱਚੋਂ ਵਾਹਿਗੁਰੂ ਦਾ ਆਨੰਦ ਨਹੀਂ ਲੱਭਦਾ, ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਪਹਿਲੀ ਤਾਂ ਗੱਲ। ਅਤੇ ਜੇ ਸੰਗਤ ਮਿਲ ਜਾਵੇ ਤਾਂ ਇਹਦੇ ਵਿੱਚੋਂ ਵਾਹਿਗੁਰੂ ਦਾ ਆਨੰਦ ਨਹੀਂ ਲੱਭਦਾ ਜਿੰਨਾ ਚਿਰ ਭਾਗ ਚੰਗੇ ਨਹੀਂ ਹਨ। ਅਤੇ ਫਿਰ ਕਈ ਇਹਦਾ ਬਹਾਨਾ ਬਣਾ ਲੈਂਦੇ ਵੀ ਜੇ ਸਾਡੇ ਜੀ ਭਾਗ ਨਹੀਂ ਚੰਗੇ। ਅਸਲ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜੇ ਸੰਗਤ ਚ ਆਏ ਨਹੀਂ ਹੈ ਉਹ ਸਮਝੋ ਵੀ ਭਾਗਹੀਣ ਹੀ ਹਨ। ਕਈ ਐਸੇ ਵੀ ਨੇ ਵੀ ਬਜ਼ੁਰਗਾਂ ਨੂੰ ਕਈ ਵਾਰ ਮੱਥਾ ਟਿਕਾਉਣ ਗੁਰੂ ਘਰਾਂ 'ਚ ਆਉਣਾ ਪੈਂਦਾ ਉਹਨਾਂ ਨੂੰ। ਪਹਿਲੀ ਗੱਲ ਤਾਂ ਉਹ ਵੀ ਨਹੀਂ ਆਉਂਦੇ, ਫਿਰ ਬਜ਼ੁਰਗ ਸਾਰਾ ਦਿਨ ਜਿਹਨਾਂ ਦਾ ਪਿਆਰ ਹੋਵੇ ਉਹ ਕਹਿੰਦੇ ਰਹਿੰਦੇ ਆ, ਫਿਰ ਉਹ ਇਸ ਤਰ੍ਹਾਂ ਸੋਚ ਕੇ ਵੀ ਇਹਨਾਂ ਸਾਰੀ ਦਿਨ ਬੈਠਣ ਨਹੀਂ ਦੇਣਾ ਚੈਨ ਨਾਲ ਮੱਥਾ ਟਿਕਾ ਹੀ ਆਈਏ, ਤਾਂ ਆਪ ਬਾਹਰ ਹੀ ਖਲੋ ਜਾਂਦੇ ਆ ਵੀ ਮੱਥਾ ਟੇਕੋ ਮੈਂ ਇੱਥੇ ਖਲੋਨਾ। ਇਹੋ ਜਿਹੇ ਵੀ ਭਾਗਹੀਣ ਹੈਗੇ ਨੇ ਵੀ ਗੁਰੂ ਘਰ ਆ ਕੇ ਵੀ ਅੰਦਰ ਆਉਣ ਦਾ ਉਹਨਾਂ ਦਾ ਸਾਧ ਸੰਗਤ ਸਮਾਂ ਨਹੀਂ ਲੱਗਦਾ। ਅਤੇ ਇਹ ਪਾਤਸ਼ਾਹ ਕਹਿੰਦੇ ਵੀ ਉਹਨਾਂ ਦੇ ਮਾੜੇ ਭਾਗ ਨੇ ਭਾਈ, ਕਿਉਂਕਿ ਬਿਨਾਂ ਭਾਗਾਂ ਤੋਂ ਤਾਂ ਸਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਗੁਰਾਂ ਦੀ ਵਾਹਿਗੁਰੂ ਦੀ ਸੰਗਤ ਲੱਭ ਦੀ ਪ੍ਰਾਪਤੀ ਨਹੀਂ ਹੁੰਦੀ। ਬਿਨ ਸੰਗਤ ਮੈਲ ਭਰੀਜੈ ਜੀਉ। ਤੇ ਜਿਹੜਾ ਸੰਗਤ ਨਹੀਂ ਕਰਦਾ ਉਹ ਮੈਲ ਨਾਲ ਹੀ ਭਰੀਜੈ ਜੀਉ ਭਰਿਆ ਰਹਿੰਦਾ ਹੈ, ਉਹਦੇ ਅੰਦਰ ਹਉਮੈ ਦੀ, ਵਕਾਰਾਂ ਦੀ, ਵਿਸ਼ੇ ਵਾਸ਼ਨਾ ਦੀ ਮੈਲ ਰਹਿੰਦੀ ਹੈ। ਜਿਵੇਂ ਇੱਕ ਉਦਾਹਰਣ ਦੇ ਕੇ ਗੁਰਮੁਖ ਸਮਝਾਉਂਦੇ ਨੇ ਵੀ ਜਿਹੜਾ ਰੁੱਖ ਭਾਵੇਂ ਨਦੀ ਦੇ ਕਿਨਾਰੇ ਹੈ ਨਾ, ਉਹਨੂੰ ਜੜ੍ਹਾਂ ਨੂੰ ਤਾਂ ਪਾਣੀ ਦੀ ਲੋੜ ਨਹੀਂ ਹੈ, ਪਰ ਉਹਦੇ ਪੱਤਿਆਂ 'ਤੇ ਜਾਲਾ ਗਰਦ ਜੰਮੀ ਹੁੰਦੀ ਹੈ, ਉਹਦੇ ਲਈ ਉਹਨੂੰ ਮੀਂਹ ਪੈਣ ਦੀ ਲੋੜ ਰਹਿੰਦੀ ਹੈ। ਕਿਉਂਕਿ ਮੀਂਹ ਪੈਣ ਦੇ ਨਾਲ ਦਰੱਖਤ ਦੇ ਟਹਿਣੇ ਪੱਤਿਆਂ 'ਤੇ ਜੰਮਿਆ ਗਰਦ, ਕਿਉਂਕਿ ਮਿੱਟੀ ਘੱਟਾ ਵੀ ਫਿਰ ਉਹਦੇ ਸੁੱਕਣ ਦਾ ਕਾਰਨ ਬਣਦਾ, ਉਹ ਮਿੱਟੀ ਘੱਟਾ ਜਾਲਾ ਆਦਿਕ ਜਦੋਂ ਮੀਂਹ ਪੈਂਦਾ ਹੈ ਉਹਦੇ ਨਾਲ ਦਰੱਖਤ ਦਾ ਸਾਰਾ ਲਹਿ ਜਾਂਦਾ ਹੈ, ਭਾਵੇਂ ਕਿ ਥੱਲਿਓਂ ਜੜ੍ਹਾਂ ਨੂੰ ਉਹਨੂੰ ਪਾਣੀ ਨਦੀ ਦੇ ਕੰਢੇ ਮਿਲ ਹੀ ਰਿਹਾ ਹੈ। ਅਤੇ ਮੀਂਹ ਦੀ ਲੋੜ ਤਾਂ ਹੈਗੀ ਹੋਈ ਹੈ ਨਾ। ਇਸੇ ਪ੍ਰਕਾਰ ਭਾਵੇਂ ਕਿ ਕਈ ਤਪੱਸਵੀ ਬਹੁਤ ਤਪੱਸਿਆ ਕਰਦੇ ਨੇ, ਅਭਿਆਸੀ ਨੇ, ਵੀ ਉਹਨਾਂ ਨੂੰ ਉਪਦੇਸ਼ ਦੇਣ ਨੂੰ ਵੀ ਪਾਣੀ ਦੀ ਲੋੜ ਨਹੀਂ ਹੈ, ਵੀ ਉਹਨਾਂ ਨੂੰ ਉਪਦੇਸ਼ ਦੇਈਏ, ਉਹ ਆਪਣੀ ਕਮਾਈ ਬਹੁਤ ਹੈ ਉਹਨਾਂ ਦੀ। ਪਰ ਜੇ ਸੰਗਤ ਵਿੱਚ ਨਹੀਂ ਨਾ ਆਉਂਦੇ ਕੋਈ ਚੰਗੀ ਤਪੱਸਿਆ ਕਰਨ ਵਾਲੇ ਵੀ, ਤਾਂ ਜਿਹੜੀ ਉਹਨਾਂ ਦੇ ਉੱਪਰ ਹਉਮੈ ਦੀ, ਵਕਾਰਾਂ ਦੀ ਇਹ ਗਰਦ ਜੰਮ ਜਾਂਦੀ ਹੈ। ਗੁਰੂ ਸਾਹਿਬ ਜੀ ਜਿੰਨਾ ਚਿਰ ਸੰਗਤ ਵਿੱਚ ਮੀਂਹ ਦੀ ਨਿਆਈ, ਉਪਦੇਸ਼ ਦੀ, ਨਾਮ ਦੀ ਵਰਖਾ ਨਹੀਂ ਕਰਦੇ, ਉਹਨਾਂ ਚਿਰ ਉਹਨਾਂ ਦੇ ਉੱਤੇ ਜੰਮੀ ਹੋਈ ਜਿਹੜੀ ਗਰਦ ਹੈ ਵਿਕਾਰਾਂ ਦੀ, ਵਿਸ਼ਿਆਂ ਦੀ, ਲੱਥਦੀ ਨਹੀਂ।
ਉਹਨਾਂ ਦੇ ਮਨ 'ਚ ਮੋਹ ਆ ਜਾਂਦਾ, ਇਹ ਮੇਰਾ ਚੇਲਾ ਹੈ, ਇਹ ਮੇਰੇ ਸੇਵਕ ਨੇ, ਲੋਕ ਮੈਨੂੰ ਮੰਨਦੇ ਪੂਜਦੇ ਨੇ, ਇੱਦਾਂ ਦੀ ਭਾਵਨਾ। ਉੱਥੇ ਕੁ ਬਹਿਣਾ ਪਸੰਦ ਕਰਦਾ ਵੀ ਪਤਾ ਲੱਗ ਗਿਆ ਨਾ ਕਈਆਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਬਹਾਂਗੇ, ਮੱਥਾ ਟਿਕਾਵਾਂਗੇ, ਲੋਕ ਤਰਾਜ ਕਰਨਗੇ, ਰੌਲਾ ਪਊਗਾ। ਉਹਨੇ ਆਪਣਾ ਵੱਖਰਾ ਹੀ ਬਣਾ ਲਿਆ, ਜਿਵੇਂ ਰਾਧਾ ਸੁਆਮੀਆਂ ਕੀਤਾ ਸੀ। ਪਹਿਲਾਂ ਪ੍ਰਕਾਸ਼ ਹੀ ਕਰਦੇ ਸਨ, ਉਹ ਕਹਿੰਦੇ ਵੀ ਅਸੀਂ ਤਾਂ ਮੱਥਾ ਵੀ ਟਿਕਾਉਣਾ, ਹੁਣ ਪੈਰ ਘਟਾਉਣੇ ਹੈ, ਅਸੀਂ ਆਪ ਗੁਰੂ ਬਣ ਕੇ ਬਹਿਣਾ। ਫਿਰ ਪ੍ਰਕਾਸ਼ ਹੀ ਚੁੱਕ ਦਿੱਤਾ ਅਤੇ ਫਿਰ ਇਸ ਤਰ੍ਹਾਂ ਆਪਣੇ ਮਗਰ ਲਾ ਲਿਆ। ਸੰਗਤ ਦੀ ਲੋੜ ਤਾਂ ਪੈਂਦੀ ਹੈ ਵੀ ਭਾਵੇਂ ਕੋਈ ਚੰਗਾ ਹੀ ਕੰਮ ਕਰਦਾ ਹੋਵੇ ਬੰਦਾ, ਉਹ ਬਾਰ ਬਾਰ ਕਰਮ ਕਰਦਿਆਂ ਕਰਦਿਆਂ ਫਿਰ ਉਹ ਹੋਰ ਜੇ ਪਾਸੇ ਤੁਰ ਪੈਂਦਾ, ਹਉਮੈ ਜੀ ਉਹਦੇ ਅੰਦਰ, ਮੇਰੇ ਸੇਵਕ ਇੰਨੇ ਆ, ਮੈਨੂੰ ਮੰਨਦੇ ਪੂਜਦੇ ਆ। ਇਹ ਜਿਹੜੀ ਹਉਮੈ ਦੀ ਗਰਦ ਹੈ ਨਾ, ਇਹ ਫਿਰ ਸੰਗਤ ਵਿੱਚ ਆ ਕੇ ਲਹਿੰਦੀ ਹੈ। ਜਦੋਂ ਇੱਥੇ ਕਥਾ ਕੀਰਤਨ ਦਾ ਮੀਂਹ ਪੈਂਦਾ, ਫਿਰ ਮਹਾਰਾਜ ਹਉਮੈ ਅਤੇ ਵਿਕਾਰਾਂ ਦੀ ਅਤੇ ਇਹ ਮੋਹ ਰੂਪੀ ਜਿਹੜੀ ਗਰਦ ਮੈਲ ਹੈ ਅਤੇ ਪਰਮੇਸ਼ੁਰ ਤੋਂ ਬੇਮੁੱਖ ਹੋਣ ਰੂਪੀ ਸੰਸਾਰ 'ਚ ਜੁੜਨ ਰੂਪੀ ਜਿਹੜਾ ਜਾਲਾ ਜਿਹਾ ਜੰਮਿਆ, ਸਾਰਾ ਲਹਿ ਜਾਂਦਾ ਹੈ। ਸੋ ਇਸ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹਨ, ਭਾਈ ਭਾਗਾਂ ਤੋਂ ਹੀਣੇ ਸੰਗਤ ਧੰਮ ਦੇ ਨਹੀਂ ਹੈ, ਪਰ ਸੰਗਤ ਤੋਂ ਬਗੈਰ ਮੈਲ ਨਾਲ ਅੰਦਰੋਂ ਭਰੇ ਰਹਿੰਦੇ, ਅੰਦਰ ਗੰਦਾ ਹੀ ਰਹਿੰਦਾ, ਅੰਦਰ ਮਾੜੇ ਵਿਚਾਰ, ਮਾੜੇ ਖਿਆਲ, ਵਿਕਾਰ ਆਦਿਕ ਇਹਨਾਂ ਕਰਮਾਂ 'ਚ ਲੱਗੇ ਰਹਿੰਦੇ ਹਨ। ਮੈਂ ਆਏ ਮਿਲ ਹੋ ਜਗ ਜੀਵਨ ਪਿਆਰੇ, ਫਿਰ ਬੇਨਤੀ ਕਰਦੇ ਹਨ, ਹੇ ਜਗਤ ਦਾ ਜੀਵਨ ਰੂਪ, ਹੇ ਸਾਰਿਆਂ ਦੇ ਪਿਆਰੇ ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਇਸ ਮਨੁੱਖਾ ਜਨਮ ਵਿੱਚ ਆ ਕੇ ਮਿਲਣਾ ਕਰੋ, ਮੈਨੂੰ ਪ੍ਰਾਪਤ ਹੋ ਜਾਵੋ। ਹਰ ਹਰ ਨਾਮ ਦਇਆ ਮਨ ਧਾਰੇ, ਹਰ ਹਰ ਪਰਮੇਸ਼ਰ ਜੀ ਜੋ ਆਪ ਜੀ ਦਾ ਨਾਮ ਹੈ ਨਾ, ਦਇਆ ਕਰਕੇ ਤਰਸ ਕਰਕੇ ਉਹ ਹਰ ਹਰ ਅੰਮ੍ਰਿਤ ਰੂਪੀ ਨਾਮ ਮੇਰੇ ਮਨ ਵਿੱਚ ਧਾਰੇ ਧਾਰਨ ਕਰਾ ਦਿਓ। ਭਾਵ ਆਪਣਾ ਨਾਮ ਮਨ ਵਿੱਚ ਵਸਾ ਦਿਓ, ਤੁਹਾਡੀ ਦਇਆ ਹੋਵੇਗੀ, ਤਰਸ ਹੋਵੇਗਾ, ਤਾਂ ਹੀ ਮੇਰੇ ਮਨ 'ਚ ਨਾਮ ਵਸੇਗਾ। ਕਿਉਂਕਿ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਤੁਸੀਂ ਤਰਸ ਕਰੋਗੇ ਤਾਂ ਮਹਾਰਾਜ ਤੁਹਾਡਾ ਨਾਮ ਮਨ 'ਚ ਵਸਣਾ ਹੈ, ਤੁਹਾਡਾ ਨਾਮ ਤਾਂ ਹੀ ਸਾਡੇ ਅੰਦਰ ਰਹੂਗਾ। ਨਾਮ ਅੰਦਰ ਹੋਵੇਗਾ, ਅੰਦਰ ਨਾਮ ਹੋਣਾ ਕੀ ਹੈ? ਸਤ ਸੰਗਤ 'ਚੋਂ ਉਪਦੇਸ਼ ਮਿਲ ਗਿਆ, ਗੁਰਬਾਣੀ ਸੁਣ ਲਈ, ਫਿਰ ਹੁਣ ਘਰ ਨੂੰ ਜਾਂਦੇ ਹਾਂ, ਖਿਆਲ ਰਹੇਗਾ ਵੀ ਐਵੇਂ ਮਹਾਰਾਜ ਦੀ ਬਾਣੀ ਨਾਮ ਦੀ ਗੱਲ ਕਰ ਰਹੀ, ਉਹ ਨਾਮ ਤੁਰੇ ਜਾਂਦੇ ਆ ਵੀ ਫਿਰ ਸਿਮਰਨ ਦੀ ਜਿਹਨਾਂ ਜੁਗਤੀ ਬਣਾਉਣੀ ਨਾ, ਉਹ ਆਪਣੇ ਕਦਮਾਂ ਨਾਲ ਜੇ ਤੁਰ ਕੇ ਜਾ ਰਹੇ ਨੇ, ਇੱਕ ਕਦਮ ਪੁੱਟਦੇ ਹੈ ਵਾਹਿਗੁਰੂ ਵਾਹਿਗੁਰੂ, ਇੱਦਾਂ ਕਰਦੇ ਜਾਂਦੇ ਆ ਵੀ ਖਿਆਲ ਤਾਂ ਹੋਰ ਵੀ ਆਉਣਗੇ, ਉਹਦੇ ਨਾਲ ਚੰਗਾ ਸਿਮਰਨ ਕਰਦਿਆਂ ਚਲੇ ਜਾਓ। ਜੇ ਕਿਸੇ ਸਾਧਨ 'ਤੇ ਜਾਂਦੇ ਆ ਤਾਂ ਨਾਮ ਜਪਦੇ ਆ, ਘਰੇ ਕੰਮ ਕਰ ਰਹੇ ਆ, ਬੀਬੀਆਂ ਮਾਈਆਂ ਰਸੋਈ ਦਾ ਕੰਮ ਕਰਦੀਆਂ ਨੇ, ਹੁਣ ਕੰਮ ਤਾਂ ਮੂੰਹ ਦੇ ਨਾਲ ਤਾਂ ਨਹੀਂ ਕਰਨਾ, ਉਹ ਤਾਂ ਹੱਥਾਂ ਨਹੀਂ ਕਰਨਾ ਹੈ। ਹਾਂ, ਸਬਜ਼ੀ ਭਾਜੀ ਬਣ ਰਹੀ ਹੈ, ਪ੍ਰਸ਼ਾਦਾ ਪੱਕ ਰਿਹਾ ਹੈ, ਫਿਰ ਉਹ ਗੁਰਮੁਖ ਜਿਹੜੇ ਹੋਣਗੇ ਉਹਨਾਂ ਦੇ ਅੰਦਰ ਜਿਹਨਾਂ ਨਾਮ ਧਾਰਨ ਕਰ ਲਿਆ, ਉੱਥੇ ਵੀ ਨਾਮ ਜਪਣਗੇ। ਕਈ ਘਰਾਂ ਦੇ ਵਿੱਚ ਬਾਣੀ ਲੱਗੀ ਹੁੰਦੀ ਹੈ, ਕਈਆਂ ਨੇ ਉੱਥੇ ਟੀ ਵੀ ਲਾਏ ਹੁੰਦੇ ਆ, ਬਿਰਤੀ ਹੋਈ ਹੈ ਨਾ ਵੀ ਉੱਥੋਂ ਸਾਨੂੰ ਸਾਰਾ ਨਾਟਕ ਚੇਟਕ ਦਿਖਦੇ ਰਹਿਣ, ਕਿਉਂਕਿ ਅੱਜ ਕੱਲ੍ਹ ਲੋਕ ਖੁੱਲ੍ਹੇ ਜਿਹੇ ਬਣਾਉਣ ਲੱਗ ਪਏ ਆ ਬਿਨਾਂ ਕੰਧਾਂ ਤੋਂ, ਅਤੇ ਉਹ ਸਾਹਮਣੇ ਟੀ ਵੀ ਲਾਇਆ ਹੁੰਦਾ, ਉੱਥੇ ਹੀ ਰਸੋਈ 'ਚ ਕੰਮ ਜਿਹਾ ਕਰੀ ਜਾਂਦੇ ਆ। ਗੱਲ ਇੱਦਾਂ ਹੈ ਵੀ ਜਿਹੜੀ ਸਾਇੰਸ ਹੈ ਉਹਨੂੰ ਬਹੁਤ ਪ੍ਰਮੋਟ ਜਿਵੇਂ ਅੱਜ ਦੇ ਸਮੇਂ ਲੋਕ ਕਰਦੇ ਆ, ਉਹ ਸਾਇੰਸ ਵਾਲਿਆਂ ਵੀ ਇਹ ਗੱਲ ਮੰਨੀ ਹੈ, ਜਿਹੜੇ ਵਿਗਿਆਨ 'ਤੇ ਕੰਮ ਕਰਦੇ ਉਹ ਵੀ ਕਹਿੰਦੇ ਆ ਵੀ ਭੋਜਨ ਪਕਾਉਣ ਵਾਲਾ ਜਿਹੜਾ ਹੈ ਨਾ, ਉਹਦੇ ਮਨ ਵਿੱਚ ਕਿਹੋ ਜਿਹੇ ਖਿਆਲ ਨੇ, ਉਹਦਾ ਅਸਰ ਵੀ ਭੋਜਨ 'ਤੇ ਪੈਂਦਾ ਹੈ।
ਧਰਮ ਤਾਂ ਕਹਿੰਦਾ ਹੀ ਆ, ਸਤਿਗੁਰੂ ਤਾਂ ਪਹਿਲਾਂ ਸਾਨੂੰ ਕਹਿ ਹੀ ਰਹੇ ਸੀ, ਇਹ ਵਿਗਿਆਨੀ ਵੀ ਹੁਣ ਉਹ ਗੱਲ 'ਤੇ ਆ ਹੀ ਗਏ। ਜੇ ਪ੍ਰਸ਼ਾਦਾ ਪਕਾਉਣ ਵਾਲੇ ਦੇ ਮਨ ਵਿੱਚ ਕੋਈ ਦੁੱਖ ਹੈ ਨਾ, ਤਾਂ ਉਹ ਸਹੀਜੇ ਅਸਰ ਖਾਣ ਵਾਲਿਆਂ ਦੇ ਉੱਤੇ ਵੀ ਹੁੰਦਾ। ਜੇ ਪ੍ਰਸ਼ਾਦਾ ਪਕਾਉਣ ਵਾਲੇ ਦੇ ਮਨ ਵਿੱਚ ਖੇੜਾ ਹੈ ਤਾਂ ਉਹ ਖਾਣ ਵਾਲਿਆਂ 'ਤੇ ਵੀ ਅਸਰ ਹੁੰਦਾ ਹੈ। ਇਹੀ ਕਾਰਨ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਵੀ ਘਰੇ ਚੰਗੀ ਭਲੀ ਰੋਟੀ ਖਾ ਕੇ ਵੀ ਕਈ ਵਾਰ ਸਵਾਦ ਨਹੀਂ ਲੱਗਦੀ, ਗੁਰਦੁਆਰੇ ਪ੍ਰਸ਼ਾਦਾ ਕਈ ਵਾਰ ਥੋੜ੍ਹਾ ਰੜਿਆ ਵੀ ਹੋਵੇ, ਸੁੱਕਾ ਵੀ ਹੋਵੇ, ਉਹ ਵੀ ਖਾਂਦੇ ਹਾਂ ਤਾਂ ਬੜਾ ਸਵਾਦ ਲੱਗਦਾ। ਹੁਣ ਕਾਰਨ ਹੈ ਵੀ ਉੱਥੇ ਮਹਾਰਾਜ ਸਾਹਿਬ ਦੀ ਬਾਣੀ, ਇੱਥੇ ਕਥਾ ਕੀਰਤਨ ਚੱਲ ਰਿਹਾ ਹੈ, ਉਹਦਾ ਪ੍ਰਭਾਵ ਅੰਨ ਦੇ ਵਿੱਚ ਜਾਂਦਾ ਹੈ। ਅਤੇ ਜਦੋਂ ਭੋਜਨ ਆਪਾਂ ਪਕਾਉਂਦਿਆਂ ਹੋਇਆਂ ਟੀ ਵੀ ਦੇਖਾਂਗੇ, ਉਹਦਾ ਅਸਰ ਫਿਰ ਉੱਦਾਂ ਦਾ ਪਵੇਗਾ। ਭੋਜਨ 'ਚ ਖਾਣ ਲੱਗਿਆਂ ਬੱਚਿਆਂ ਦੇ ਉਹੋ ਜਿਹਾ ਅਸਰ ਪਊਗਾ, ਉਹੋ ਜਿਹੇ ਵਿਚਾਰ ਸਹੀਜੇ ਇੱਕੇ ਦਿਨ ਤਾਂ ਨਹੀਂ ਹੁੰਦਾ, ਕੁਝ ਮਹੀਨਾ, ਸਾਲ, ਦੋ ਸਾਲ, ਕਈ ਕਈ ਸਾਲ ਪ੍ਰਸ਼ਾਦਾ ਤਾਂ ਰੋਜ਼ ਹੀ ਖਾਂਦੇ ਹਾਂ, ਉਹ ਕਿਹੜਾ ਇੱਕ ਦਿਨ ਦੀ ਖੇਡ ਹੈ। ਇੱਕ ਦਿਨ 'ਚ ਵੀ ਉਹ ਵੀ ਤਿੰਨ ਤਿੰਨ ਦਿਨਾਂ ਖਾ ਲੈਂਦੇ ਹਾਂ, ਕਈ ਵਾਰਾਂ ਦੋ ਵਾਰਾਂ ਦਿਨ ਇਹਦੇ ਪੱਕਾ ਹੈਗਾ ਹੀ ਹੈ। ਅਤੇ ਇਸ ਕਰਕੇ ਉਹ ਸਹੀਜੇ ਅਸਰ ਜਿਉਂ ਜਿਉਂ ਮਹੀਨੇ ਸਾਲਾਂ 'ਚ ਬਦਲਦਾ, ਆਪਾਂ ਫਿਰ ਕਹਿ ਦਿੰਦੇ ਹਾਂ ਕਈ ਵਾਰਾਂ ਵੀ ਪਤਾ ਨਹੀਂ ਕੀ ਗੱਲ ਹੈ ਵੀ ਸਾਡੇ ਬੱਚੇ ਗੁਰਦੁਆਰੇ ਨਹੀਂ ਜਾਂਦੇ, ਬਾਣੀ ਨਹੀਂ ਪੜ੍ਹਦੇ, ਬਹੁਤ ਕਹੀਦਾ ਉੱਠਦੇ ਨਹੀਂ ਹੈ, ਅਸਰ ਗਲਤ ਹੋ ਗਿਆ ਉਹਨਾਂ ਦਾ ਭੋਜਨ ਛਕ ਛਕ ਕੇ। ਕਿਉਂਕਿ ਜੈਸਾ ਅੰਨ ਤੈਸਾ ਮਨ, ਜਿਹੋ ਜਿਹਾ ਅੰਨ ਹੋਵੇ ਮਨ ਦੇ ਵਿਚਾਰ ਉਹੋ ਜਿਹੇ ਹੁੰਦੇ ਆ। ਹੁਣ ਇਹਦੇ ਥਾਂ 'ਤੇ ਜੇ ਘਰ ਦੀ ਰਸੋਈ 'ਚ ਪਾਠ ਚੱਲਦਾ ਰਹੇ, ਜਦੋਂ ਸਬਜ਼ੀ ਭਾਜੀ ਰੋਟੀ ਪੱਕਣੀ ਹੈ ਬਣਨੀ ਹੈ ਆਪ ਕਰਦੇ ਰਹੇ, ਜਾਂ ਕੋਈ ਅੱਜ ਕੱਲ੍ਹ ਟੇਪ ਰਿਕਾਰਡ ਆ ਗਿਆ ਕੋਈ ਉਹ ਲਾ ਕੇ ਸੁਣਦਾ ਰਹੇ, ਇੱਕੇ ਦਿਨ ਦੇ ਵਿੱਚ ਤਾਂ ਨਹੀਂ ਪਰ ਸਹੀਜੇ ਐਸਾ ਫਿਰ ਬਦਲਾਵ ਆਊਗਾ ਵੀ ਖਾਣ ਵਾਲਿਆਂ ਦੇ ਮਨ ਵਿੱਚ ਵੀ ਆਪਣੇ ਆਪ ਹੀ ਗੁਰਬਾਣੀ ਦਾ ਗੁਰੂ ਘਰ ਨਾਲ ਪ੍ਰੇਮ ਜਾਗੂਗਾ। ਉਹੀ ਉਹਨਾਂ ਦਾ ਮਨ ਜਾ ਕਰੂ ਵੀ ਤੁਸੀਂ ਜਾਂਦੇ ਜੇ ਅਸੀਂ ਵੀ ਅੱਜ ਗੁਰਦੁਆਰੇ ਜਾਣਾ, ਅਸੀਂ ਵੀ ਅੱਜ ਬਾਣੀ ਪੜ੍ਹਨੀ ਹੈ, ਵੀ ਮੇਰਾ ਵੀ ਮਨ ਪਤਾ ਨਹੀਂ ਕਰਦਾ ਵੀ ਅੱਜ ਪਾਠ ਕਰਾਂ। ਉਹ ਸਹੀਜੇ ਸੰਸਕਾਰ ਖਿਆਲ ਚੰਗੇ ਉਹਦੇ ਅੰਦਰ ਆ ਜਾਣਗੇ। ਇਸ ਕਰਕੇ ਯਤਨ ਸਾਨੂੰ ਇਹੀ ਕਰਨਾ ਚਾਹੀਦਾ ਵੀ ਭੋਜਨ ਪ੍ਰਸ਼ਾਦੇ ਤੋਂ ਹੀ ਸਾਰਾ ਕੁਝ ਸ਼ੁਰੂ ਹੁੰਦਾ ਹੈ। ਉਹ ਭਾਵੇਂ ਸਰੀਰ ਦੀ ਤੰਦਰੁਸਤੀ ਹੈ, ਡਾਕਟਰ ਵੀ ਦੱਸਦੇ ਨਾ ਵੀ ਆਹ ਖਾਓਗੇ ਤਾਂ ਸਰੀਰ ਅਰੋਗ ਰਹੇਗਾ, ਆਹ ਚੀਜ਼ਾਂ ਖਾਓਗੇ ਤਾਂ ਸਰੀਰ ਨੂੰ ਬਿਮਾਰੀਆਂ ਲੱਗਣਗੀਆਂ। ਇਸੇ ਤਰ੍ਹਾਂ ਹੀ ਸਾਧ ਸੰਗਤ ਭੋਜਨ ਜਿੱਥੇ ਸਰੀਰ ਦੇ ਉੱਤੇ ਅਸਰ ਕਰਦਾ ਹੈ, ਭੋਜਨ ਸਾਡੇ ਮਨ ਦੇ ਉੱਤੇ ਵੀ ਅਸਰ ਕਰਦਾ ਹੈ। ਅਤੇ ਇਸ ਕਰਕੇ ਸਾਨੂੰ ਯਤਨ ਇਹ ਕਰਨਾ ਚਾਹੀਦਾ, ਮਨ ਵਿੱਚ ਨਾਮ ਸਾਡੇ ਵਸਣਾ ਇਹੀ ਹੈ ਜੋ ਚੌਥੇ ਪਾਤਸ਼ਾਹ ਕਹਿੰਦੇ ਵੀ ਵਾਹਿਗੁਰੂ ਕਿਰਪਾ ਕਰਕੇ ਸਾਡੇ ਅੰਦਰ ਹੀ ਨਾਮ ਪੱਕਾ ਕਰ ਦਿਓ ਵੀ ਸਾਡਾ ਜੀਵਨ ਆਚਰਣ ਹੀ ਇਹੋ ਜਿਹਾ ਬਣ ਜਾਵੇ ਵੀ ਸਹੀਜੇ ਉਹ ਸਾਡੇ ਜੀਵਨ ਦੇ ਨਾਲ ਅਸੀਂ ਤਾਂ ਸਵਰ ਹੀ ਜਾਈਏ, ਉਹ ਹੋਰਾਂ ਦਾ ਵੀ ਭਲਾ ਹੋਵੇ। ਜਿਵੇਂ ਇੱਕ ਕੋਈ ਮਹਾਤਮਾ ਸੀ ਅਤੇ ਇੱਕ ਗ੍ਰਿਸਤੀ ਕਿਸਾਨ ਦੇ ਬਾਰ ਬਾਰ ਖੇਤਾਂ 'ਚ ਉਹਨੇ ਉਸ ਵੇਲੇ ਕੰਮ ਕਰ ਰਿਹਾ ਅਤੇ ਆ ਗਿਆ, ਕਹਿੰਦਾ ਵੀ ਮੈਨੂੰ ਭੁੱਖ ਲੱਗੀ ਹੈ ਕੁਝ ਖਾਣ ਨੂੰ। ਤਾਂ ਪੱਕਾ ਬੜਾ ਸੀ ਉਹ ਬੰਦਾ, ਪੱਕਾ ਇਹ ਸੀ ਵੀ ਕਿਸੇ ਦੀ ਵੱਟ ਦੇ ਦੂਸਰੇ ਪਾਸੇ ਨਾ ਉਹਨੇ ਆਪਣਾ ਪਸ਼ੂ ਜਾਣ ਦੇਣਾ, ਧਰਮ ਦੀ ਕਿਰਤ ਕਰਦਾ, ਅਤੇ ਜਦੋਂ ਕਿਤੇ ਕਣਕ ਝੋਨਾ ਗਾਉਂਦਾ ਤਾਂ ਆਪਣੀ ਜੁੱਤੀ ਵੀ ਝਾੜ ਕੇ ਆਉਂਦਾ ਵੀ ਕਿਸੇ ਦੇ ਦਾਣੇ ਮੇਰੇ ਬਹੁਲ ਵਿੱਚ ਨਾ ਆ ਜਾਣ, ਕਿਸੇ ਦੇ ਖੇਤ ਦੀ ਮਿੱਟੀ ਮੇਰੇ ਖੇਤ 'ਚ ਨਾ ਆ ਜਾਵੇ, ਇੱਥੋਂ ਤੀਕਰ ਉਹ ਰੱਖਦਾ ਖਿਆਲ। ਉਹ ਘਰ ਵਾਲੀ ਪ੍ਰਸ਼ਾਦਾ ਲੈ ਕੇ ਆਈ, ਸਾਧੂ ਆਇਆ ਕਹਿੰਦਾ ਵੀ ਪ੍ਰਸ਼ਾਦਾ ਛਕਾ ਦੇ। ਉਹ ਕਹਿੰਦਾ ਗੱਲ ਤਾਂ ਇੱਦਾਂ ਹੈ ਵੀ ਮੈਂ ਕਦੀ ਕਿਸੇ ਨੂੰ ਮੋੜਿਆ ਨਹੀਂ ਪਰ ਮੈਂ ਅੱਜ ਤੈਨੂੰ ਪ੍ਰਸ਼ਾਦਾ ਨਹੀਂ ਛਕਾ ਸਕਦਾ। ਉਹ ਕਹਿਣ ਲੱਗਾ ਵੀ ਗੱਲ ਕੀ ਆ, ਬੀਬੀ ਪ੍ਰਸ਼ਾਦਾ ਲੈ ਆਈ ਹੈ, ਇਹਦੇ ਵਿੱਚੋਂ ਇੱਕ ਤੂੰ ਮੈਨੂੰ ਦੇ ਦੇ ਅਤੇ ਵੀ
ਇਹਦੇ ਕੋਈ ਮੁਸ਼ਕਲ ਤਾਂ ਹੈ ਨਹੀਂ ਵੀ ਪਕਾ ਕੇ ਲਿਆਉਣਾ ਜਾਂ ਕੋਈ ਖੇਚਲ ਕਰਨੀ ਹੈ। ਉਹ ਕਹਿੰਦਾ ਮੈਂ ਤੈਨੂੰ ਕਿਹਾ ਮੈਂ ਦੇ ਨਹੀਂ ਸਕਦਾ। ਉਹਨੇ ਇੱਕ ਦੋ ਵਾਰ ਕਿਹਾ, ਉਹ ਕਹਿੰਦਾ ਮੈਨੂੰ ਤਾਂ ਸ਼ੱਕ ਹੈ ਵੀ ਤੂੰ ਸਾਧ ਹੈਗਾ ਵੀ ਹੈ, ਸਾਧੂ ਤਾਂ ਸਿਦਕੀ ਹੁੰਦੇ ਆ। ਉਹਦੀ ਘਰਵਾਲੀ ਨੇ ਉਸ ਵੇਲੇ ਪੁੱਛਿਆ ਵੀ ਸਵਾਮੀ ਜੀ ਗੱਲ ਕੀ ਹੈ ਵੀ ਜੇ ਪੱਕਿਆ ਤਾਂ ਆਪਾਂ ਇਹਨੂੰ ਸਾਧੂ ਨੂੰ ਭੋਜਨ ਛਕਾ ਦਈਏ। ਉਹ ਕਹਿੰਦਾ ਗੱਲ ਇਹ ਹੈ ਵੀ ਇਸ ਵਾਰ ਐਵੇਂ ਹੋਇਆ ਵੀ ਜਦੋਂ ਮੈਂ ਕਣਕ ਗਾਹ ਰਿਹਾ ਸੀ ਅਤੇ ਆਹ ਜਿਹੜਾ ਵਹਿੜਕਾ ਆਪਣਾ ਨਾ ਇਹ ਬੜਾ ਮੂੰਹ ਜ਼ੋਰ ਜਿਹਾ, ਇਹ ਕਹਿੰਦੇ ਵੀ ਭੱਜ ਕੇ ਦੂਸਰੇ ਦੇ ਬੋਹਲ ਤੋਂ ਆਪਣੇ ਬੋਹਲ ਵਿੱਚ ਆਇਆ, ਜਦੋਂ ਉਹਦੇ ਦਾਣੇ ਉਹਦੇ ਆਪਣੇ ਬੋਹਲ ਦੇ ਦਾਣਿਆਂ 'ਚ ਰਲ ਗਏ। ਅਤੇ ਕਹਿੰਦਾ ਵੀ ਮੈਂ ਪਾਪ ਨਹੀਂ ਕਰਨਾ, ਵੀ ਇਹ ਕਿਰਤ ਮੇਰੀ ਹੁਣ ਧਰਮ ਦੀ ਨਹੀਂ ਰਹੀ, ਇਹਦੇ ਵਿੱਚ ਕਿਸੇ ਦੀ ਕਿਰਤ ਹੈ ਮੈਂ ਇਹਨੂੰ ਨਹੀਂ ਖਵਾਉਣੀ। ਉਹਦੀ ਘਰਵਾਲੀ ਕਹਿੰਦੀ ਸਵਾਮੀ ਜੀ ਮੈਨੂੰ ਪਤਾ ਸੀ ਵੀ ਇਹ ਪਰਚਾ ਪਊਗਾ ਵੀ ਮੇਰਾ ਇਹ ਪਤੀ ਬੜਾ ਪੱਕਾ ਏ, ਅਤੇ ਮੈਂ ਇਸੇ ਕਰਕੇ ਇੱਕ ਪਹਿਲਾਂ ਦਾ ਹੀ ਭੜੋਲਾ ਭਰ ਕੇ ਪੁਰਾਣੇ ਦਾਣੇ ਰੱਖੇ ਸਨ ਕਿ ਵੀ ਜਦੋਂ ਕਿਤੇ ਇਹੋ ਜਿਹਾ ਪਰਚਾ ਪਊ ਫਿਰ ਉਦੋਂ ਉਹ ਵਰਤਾਂਗੀ। ਅਤੇ ਕਹਿੰਦੀ ਵੀ ਮੈਂ ਉਸੇ ਦਾ ਹੀ ਭੋਜਨ ਬਣਾ ਕੇ ਲਿਆਉਂਦੀ ਹਾਂ। ਉਡੀਕਦੇ ਰਹੇ ਉਹ ਭੋਜਨ ਬਣਾ ਲਿਆ ਹੀ ਜਾ ਕਰਕੇ, ਉਹ ਭੋਜਨ ਇੱਕ ਪ੍ਰਸ਼ਾਦਾ ਉਸ ਸਾਧੂ ਨੇ ਛਕਿਆ। ਜਦੋਂ ਇੱਕ ਪ੍ਰਸ਼ਾਦਾ ਛਕਿਆ ਨਾ, ਉਹਦਾ ਪਹਿਲੀ ਬੁਰਕੀ ਖਾਂਦਿਆਂ ਹੀ ਉਹਦੇ ਕਪਾੜ ਖੁੱਲ੍ਹ ਗਏ। ਉਹ ਜਿਹੜਾ ਉਹਨੂੰ ਸਾਰੀ ਉਮਰ ਫਿਰ ਕੇ ਨਹੀਂ ਸੀ ਆਨੰਦ ਆਇਆ, ਉਹ ਇੱਕ ਬੁਰਕੀ ਭੋਜਨ ਦੀ ਖਾ ਕੇ ਆਨੰਦ ਆਇਆ। ਕਹਿੰਦਾ ਇੱਕ ਹੋਰ ਪ੍ਰਸ਼ਾਦਾ ਦਿਓ। ਉਹ ਕਹਿੰਦਾ ਕਿਉਂ? ਕਹਿੰਦਾ ਵੀ ਤੁਹਾਡੀ ਪਹਿਲੀ ਰੋਟੀ ਖਾ ਕੇ ਅਤੇ ਮੇਰੇ ਮਨ ਦੇ ਵਿੱਚ ਕੁਝ ਕੁਝ ਚਾਨਣ ਹੋ ਗਿਆ ਹੈ, ਮੈਂ ਦੂਸਰੀ ਰੋਟੀ ਖਾ ਕੇ ਵੀ ਚਾਹੁੰਦਾ ਵੀ ਮੈਨੂੰ ਬ੍ਰਹਮ ਗਿਆਨ ਵੀ ਹੋ ਜਾਵੇ ਵੀ ਤੁਹਾਡੇ ਅੰਨ ਵਿੱਚ ਹੀ ਕੋਈ ਐਸੀ ਬਰਕਤ ਹੈ। ਤਾਂ ਉਹ ਮਹਾਤਮਾ ਨੂੰ ਜਿਹੜਾ ਜ਼ਿਮੀਂਦਾਰ ਉਹ ਕਹਿਣ ਲੱਗਾ ਵੀ ਹੁਣ ਜਾ ਕੇ ਆਪਣੀ ਵੀ ਕੋਈ ਕਮਾਈ ਕਰ, ਆਪਣੀ ਤੂੰ ਮਿਹਨਤ ਕਰ ਵੀ ਸਾਧ ਬਣਿਆ ਏ, ਹੁਣ ਸਾਡੇ ਕੋਈ ਸਾਰਾ ਕੁਝ ਲਵੇਗਾ। ਸੋ ਇਸ ਤਰ੍ਹਾਂ ਉਹਨੇ ਇੱਕ ਪ੍ਰਸ਼ਾਦਾ ਛੱਕ ਕੇ ਹੀ ਇੱਕ ਮਹਾਤਮਾ ਬਣੇ ਹੋਏ ਬੰਦੇ ਦੇ ਅੰਦਰ ਗਿਆਨ ਆ ਗਿਆ, ਇੱਕ ਧਰਮੀ ਪੁਰਖ ਦੀ ਰੋਟੀ ਖਾ ਕੇ ਵੀ ਧਰਮ ਦੀ ਕਿਰਤ ਵਿੱਚ ਇੰਨੀ ਬਰਕਤ ਹੁੰਦੀ ਹੈ। ਰੱਬ ਨੂੰ ਯਾਦ ਕਰਦੇ ਹਾਂ, ਇੱਕ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਉਹ ਕਿਸੇ ਨੂੰ ਛਕਾ ਦੇਵੇ, ਉਹਦੇ ਮਨ ਦੇ ਵਿਕਾਰ ਖਤਮ ਹੋ ਜਾਂਦੇ ਨੇ। ਅਤੇ ਦੂਜੇ ਪਾਸੇ ਸਾਧ ਸੰਗਤ ਪਾਪ ਦੀ ਕਮਾਈ ਚੰਗੇ ਭਲੇ ਸਾਧੂਆਂ ਦਾ ਜੀਵਨ ਕਰ ਦਿੰਦੀ। ਜਿਵੇਂ ਇੱਕ ਹਰੀਹਰ ਖੇਤਰ ਦੇ ਵਿੱਚ ਉੱਥੇ ਕਿਸੇ ਵੱਡੇ ਸ਼ਾਹੂਕਾਰ ਨੇ ਭੋਜਨ ਕਰਾਇਆ, ਭੰਡਾਰਾ ਕਰਾਇਆ ਅਤੇ ਸਾਰੇ ਸਾਧੂ ਉੱਥੇ ਇਕੱਠੇ ਹੋਏ, ਜਿਵੇਂ ਇੱਥੇ ਆਪਣੇ ਲੰਗਰ ਲੱਗਦਾ, ਉਹ ਪ੍ਰਸ਼ਾਦਾ ਛਕਿਆ ਅਤੇ ਛਕਦਿਆਂ ਇੱਕ ਸਾਧ ਦੇ ਮਨ ਵਿੱਚ ਆਇਆ ਵੀ ਬਾਟੀ ਬੜੀ ਸੋਹਣੀ ਹੈ, ਉਹ ਬਾਟੀ ਲੁਕਾ ਕੇ ਲੈ ਗਿਆ। ਰਾਤ ਸੌਂ ਗਿਆ, ਸਾਰਾ ਉਹ ਮਲ ਦੇ ਰਾਹੀਂ ਜਦੋਂ ਭੋਜਨ ਬਾਹਰ ਨਿਕਲਿਆ ਫਿਰ ਉਹਨੂੰ ਥੋੜ੍ਹੀ ਥੋੜ੍ਹੀ ਹੋਸ਼ ਆਈ, ਜਿਵੇਂ ਕਿਸੇ ਨਸ਼ੇ ਵਾਲੇ ਨੂੰ ਸਹੀਜੇ ਸਹੀਜੇ ਹੋਸ਼ ਹੁੰਦੀ ਹੈ ਵੀ ਉਹ ਮਨਾ ਸਾਰੀ ਉਮਰ ਆਹ ਕਮਾਇਆ ਵੀ ਆਹ ਬਾਟੀ ਚੁੱਕ ਕੇ ਲਿਆਉਣੀ ਸੀ ਤੂੰ ਲੰਗਰ 'ਚੋਂ, ਉਹ ਵਾਪਸ ਉਹਨਾਂ ਸਾਧੂਆਂ ਕੋਲ ਆਇਆ। ਕਹਿੰਦਾ ਵੀ ਜੇ ਕੋਈ ਚੋਰੀ ਕਰੇ ਤਾਂ ਕਹਿੰਦੇ ਵੀ ਉਹਦਾ ਫਲ, ਉਹ ਸਾਧੂ ਕਹਿੰਦੇ ਵੀ ਉਹਦਾ ਫਲ ਜਿਹੜਾ ਹੈ ਚੋਰ ਦੀ ਚੋਰੀ ਮੁਤਾਬਕ ਜਿੱਦਾਂ ਦਾ ਹੋਵੇ ਉਹੋ ਜਿਹੀ ਸਜ਼ਾ। ਕਹਿੰਦੇ ਜੇ ਸਾਧੂ ਹੋ ਕੇ ਕੋਈ ਚੋਰੀ ਕਰੇ, ਕਹਿੰਦੇ ਫਿਰ ਉਹਨੂੰ ਦੁੱਗਣਾ ਫਲ, ਕਿਉਂਕਿ ਉਹਨੂੰ ਪਤਾ ਹੈ ਸਾਰਾ ਫਿਰ ਵੀ ਚੋਰੀ ਕਰਦਾ। ਅਤੇ ਬਾਟੀ ਫੜਾਉਂਦਿਆਂ ਕਹਿੰਦਾ ਵੀ ਲਓ ਮੈਨੂੰ ਸਜ਼ਾ, ਮੈਂ ਤੁਹਾਡਾ ਚੋਰ ਹੈ। ਜਦੋਂ ਇਹ ਗੱਲ ਸੁਣੀ ਤਾਂ ਉਹ ਮਹਾਤਮਾ ਜਿਹੜਾ ਮੁਖੀ ਸੀ ਉੱਥੇ ਉਹ ਕਹਿੰਦਾ ਵੀ ਨਹੀਂ ਨਹੀਂ ਤੂੰ ਚੋਰੀ ਕਰ ਹੀ ਨਹੀਂ ਸਕਦਾ। ਉਹਨੇ ਸਾਰੀ ਗੱਲ ਜਾਣਨੀ ਚਾਹੀ, ਕਹਿਣ ਲੱਗਾ ਵੀ ਭੰਡਾਰੀ ਨੂੰ ਕਹਿੰਦਾ ਵੀ ਕੱਲ੍ਹ ਜਿਹੜਾ ਲੰਗਰ ਸੀ ਉਹ ਕਿਹਦੇ ਵੱਲੋਂ ਨੇ? ਹਜੀ ਫਲਾਨੇ ਸੇਠ ਵੱਲੋਂ। ਉਹਨੂੰ ਸੱਦਿਆ, ਪੁੱਛਿਆ ਵੀ ਇਹ ਜਿਹੜਾ ਤੂੰ ਲੰਗਰ ਲਾਇਆ ਇਹ ਰਸਤ ਵਾਸਤੇ ਮਾਇਆ ਤੇਰੀ ਕਿੱਥੋਂ ਆਈ? ਉਹ ਕਹਿਣ ਲੱਗਾ ਮਹਾਂਪੁਰਖੋ ਤੁਸੀਂ ਲੰਗਰ ਲਾਈ ਜਾਓ, ਤੁਸੀਂ ਕਿਉਂ ਪੁੱਛਣਾ ਵੀ ਕਿੱਥੋਂ ਪੈਸੇ ਆਏ? ਕਹਿੰਦੇ ਨਹੀਂ ਅਸੀਂ ਜਾਣਨਾ ਚਾਹੁੰਦੇ ਹਾਂ। ਉਹਨੇ ਫਿਰ ਦੱਸ ਹੀ ਦਿੱਤਾ ਬਹੁਤਾ। ਜਦੋਂ ਕਿਹਾ ਸੰਤਾਂ ਨੇ ਕਹਿੰਦੇ ਵੀ ਐਵੇਂ ਆਪਾਂ ਜੀ ਥੋੜ੍ਹਾ ਜਿਹਾ ਵਿੱਚੋਂ ਹੇਰਾਫੇਰੀ ਜੀਆਂ ਕਰ ਲਈ, ਵੱਡੇ ਵੱਡੇ
ਬਿਜ਼ਨਸ ਕਰਦੇ ਹਾਂ, 10% ਕਹਿੰਦੇ ਵੀ ਉੱਥੋਂ ਘਪਲਾ ਕੀਤਾ, ਫਿਰ ਸੋਚਿਆ ਵੀ ਇਹਦੇ ਵਿੱਚ ਹੁਣ ਥੋੜ੍ਹਾ ਜਿਹਾ ਧਰਮ ਵਾਲੇ ਪਾਸੇ ਲਾ ਦਈਏ, ਕਹਿੰਦੇ ਵੀ ਇਹ ਉੱਥੋਂ ਹੈ। ਉਹ ਕਹਿਣ ਲੱਗੇ ਵੀ ਇਸੇ ਕਰਕੇ ਜਿਹੜੀ ਪਾਪ ਦੀ ਕਮਾਈ ਦਾ ਲੰਗਰ ਲੱਗਾ, ਖਾਣ ਵਾਲਾ ਸਾਡਾ ਸਾਧੂ, ਉਹਦੇ ਮਨ ਵਿੱਚ ਭੈੜਾ ਖਿਆਲ ਖਾਂਦੇ ਹੀ ਆ ਗਿਆ, ਕਿੱਥੇ ਉਹ ਬੰਦਗੀ ਕਰਦਾ ਸੀ, ਕਿੱਥੇ ਬਾਟੀ ਚੋਰੀ ਕਰਕੇ ਲੈ ਗਿਆ। ਉਹਨਾਂ ਹੁਕਮ ਕਰਤਾ ਵੀ ਅੱਜ ਤੋਂ ਬਾਅਦ ਜਿਹੜਾ ਵੀ ਲੰਗਰ ਦੀ ਰਸਤ ਲੈ ਕੇ ਆਵੇ, ਪੁੱਛੋ ਪਹਿਲਾਂ ਵੀ ਇਹ ਕਮਾਈ ਕਾਹਦੀ ਹੈ ਤੇਰੀ, ਵੀ ਜੇ ਤਾਂ ਕਿਰਤ ਧਰਮ ਦੀ ਹੈ ਠੀਕ ਹੈ, ਜੇ ਕਿਸੇ ਕੋਲੋਂ 1,00,000, 2,00,000 ਜਾਂ ਵੱਡੇ ਵੱਡੇ ਬਿਜ਼ਨਸਮੈਨ 1,00,000, 2,00,000 ਹੇਰਾ ਫੇਰੀ ਕਰ ਲਈ ਹੈ, ਮੁੜ ਕੇ ਉਹਦੇ ਵਿੱਚ ਹੁਣ ਲੰਗਰ 'ਚ ਦੇ ਰਿਹਾ ਹੈ, ਕਹਿੰਦੇ ਵੀ ਐਸੀ ਅਸੀਂ ਪ੍ਰਵਾਨ ਨਹੀਂ ਕਰਾਂਗੇ ਤੇਰੀ ਇਹ ਵਸਤੂ। ਭੈੜੇ ਬੰਦੇ ਦੀ ਰੋਟੀ ਖਾ ਕੇ ਜੀਵਨ ਗਰਕ ਹੋ ਜਾਂਦਾ, ਅਤੇ ਗੁਰਮੁਖ ਦੇ ਘਰੋਂ ਭੋਜਨ ਛੱਕ ਕੇ ਵੀ ਜੀਵਨ ਸਵਰ ਜਾਂਦਾ ਹੈ। ਖਾਣ ਦੇ ਨਾਲ ਹੀ ਇੰਨਾ ਸਾਰ ਸੰਗਤ ਫਰਕ ਪੈਂਦਾ ਜੇ। ਅਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਨਾਮ ਮਨ ਵਿੱਚ ਸਾਡੇ ਵੱਸ ਜਾਵੇ, ਇਹ ਯਤਨ ਕਰਿਆ ਕਰੋ, ਕਿਸੇ ਅੱਗੇ ਤਰਲੇ ਕਹਿਣ ਦੀ ਲੋੜ ਨਹੀਂ, ਕੱਢਣ ਦੀ ਲੋੜ ਨਹੀਂ, ਵੀ ਸਾਡੇ ਬੱਚਿਆਂ ਨੂੰ ਸਮਝਾਓ, ਤੁਸੀਂ ਆਪ ਹੀ ਗੁਰੂ ਕੋ ਦਾਤ ਐਸੀ ਮੰਗੋ, ਨਾਮ ਜਪੋ, ਭੋਜਨ ਪ੍ਰਸ਼ਾਦਾ ਛਕਦਿਆਂ ਛਕਾਉਂਦਿਆਂ ਤਾਂ ਰੱਬ ਨੂੰ ਚੇਤੇ ਕਰੋ, ਆਪੇ ਹੀ ਗੁਰੂ ਸਾਹਿਬ ਕਿਰਪਾ ਕਰਨਗੇ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਮਹਾਰਾਜ ਆਪਣਾ ਨਾਮ ਸਾਡੇ ਮਨ ਵਿੱਚ ਵਸਾ ਦਿਓ, ਧਾਰਨ ਕਰਾ ਦਿਓ ਜੀ। ਗੁਰਮਤ ਨਾਮ ਮੀਠਾ ਮਨ ਪਾਇਆ, ਗੁਰੂ ਦੀ ਮਤ ਦੇ ਨਾਲ ਜੋ ਨਾਮ ਪ੍ਰਾਪਤ ਹੋਇਆ ਹੈ ਨਾ, ਹੁਣ ਗੁਰੂ ਸਾਹਿਬ ਨੇ ਜੋ ਅਕਲ ਦੇ ਕੇ ਤੇ ਨਾਮ ਦੇ ਦਿੱਤਾ ਹੈ, ਉਹ ਨਾਮ ਸਾਨੂੰ ਮੀਠਾ ਮਿੱਠਾ ਲੱਗਿਆ ਹੈ। ਮਿੱਠੇ ਤੋਂ ਭਾਵ ਇੱਥੇ ਕੀ ਹੈ, ਸੁਖਦਾਈ ਲੱਗਿਆ ਹੈ। ਮਿੱਠਾ ਲੱਗਣਾ ਹੁੰਦਾ ਵੀ ਸੁੱਖ ਦੇ ਸਹਿਤ ਲੱਗਣਾ। ਕੌੜੇ ਤੋਂ ਭਾਵ ਹੈ ਗੁਰਬਾਣੀ 'ਚ ਦੁੱਖਦਾਈ ਕੋਈ ਚੀਜ਼, ਵੀ ਕੌੜਾ ਲੱਗਿਆ, ਕੌੜਾ ਉਪਜਿਆ ਸਾਧ, ਭਾਵ ਕਿ ਦੁੱਖਦਾਈ ਹੋਇਆ ਉਹਦਾ ਰਿਜ਼ਲਟ। ਅਤੇ ਗੁਰੂ ਸਾਹਿਬ ਕਹਿੰਦੇ ਜੋ ਗੁਰੂ ਦੀ ਮੱਤ ਦੇ ਨਾਲ ਮਹਾਰਾਜ ਮੈਨੂੰ ਆਪ ਜੀ ਦਾ ਜਦੋਂ ਨਾਮ ਪ੍ਰਾਪਤ ਹੋ ਗਿਆ, ਤੁਹਾਡੀ ਕਿਰਪਾ ਹੋਈ, ਤਾਂ ਮੇਰੇ ਮਨ ਨੂੰ ਨਾਮ ਮਿੱਠਾ ਲੱਗਦਾ ਹੈ। ਹੁਣ ਨਾਮ ਜਪਣ ਨਾਲ ਮੈਨੂੰ ਸੁੱਖ ਮਿਲਦਾ ਹੈ, ਭਾਇਆ ਮੈਨੂੰ ਭਾਉਂਦਾ ਹੈ, ਮੇਰੇ ਕਹਿੰਦੇ ਵੱਲ ਆ ਗਿਆ। ਜਿਵੇਂ ਕੋਈ ਚੀਜ਼ ਬੰਦਾ ਖਾਣ ਤੋਂ ਇਨਕਾਰ ਕਰ ਦੇਵੇ, ਜੇ ਕੋਈ ਪੁੱਛੇ ਵੀ ਕਾਹਤੋਂ ਨਹੀਂ ਖਾਂਦਾ, ਕਹਿੰਦਾ ਵੀ ਮੇਰੇ ਰੁੱਖ ਨਹੀਂ ਬੈਠਦੀ ਇਹ ਖਾ ਕੇ, ਤਾਂ ਇੱਕ ਤਾਂ ਹੁੰਦਾ ਵੀ ਕਹਿਣਾ ਵੀ ਆਹ ਮੈਨੂੰ ਬਹੁਤ ਵੱਲ ਹੈ, ਵੀ ਆਹ ਵਸਤੂ ਆ ਪਦਾਰਥ ਮੇਰੇ ਲਈ ਬਣਾਓ ਵੀ ਮੈਨੂੰ ਠੀਕ ਲੱਗਦਾ। ਮਹਾਰਾਜ ਕਹਿੰਦੇ ਇਵੇਂ ਰੱਬ ਦਾ ਨਾਮ ਮੈਨੂੰ ਠੀਕ ਲੱਗਦਾ, ਸੁਖਦਾਈ ਲੱਗਦਾ, ਮੈਨੂੰ ਭਾ ਹੀ ਗਿਆ ਹੈ। ਜਿਵੇਂ ਆਪਾਂ ਕਹਿ ਦਿੰਦੇ ਨਾ ਅੱਜ ਕੱਲ੍ਹ ਦੀ ਬੋਲੀ 'ਚ ਵੀ ਆਹ ਡਿਸ਼ ਤਾਂ ਮੇਰੀ ਫੇਵਰੇਟ ਹੈ, ਗੁਰਮੁਖ ਕਹਿੰਦੇ ਨੇ ਨਾਮ ਜਪਣਾ ਹੀ ਸਾਡਾ ਫੇਵਰੇਟ ਹੈ, ਅਸੀਂ ਤਾਂ ਨਾਮ ਜਪ ਕੇ ਹੀ ਖੁਸ਼ ਹੁੰਦੇ ਹਾਂ। ਜਨ ਨਾਨਕ ਨਾਮ ਮਨ ਭੀਜੈ ਜੀਓ, ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹਨ ਵੀ ਇਸ ਤਰ੍ਹਾਂ ਜਨ ਨਾਨਕ ਜਿਹੜੇ ਜਨ ਹਨ ਦਾਸ ਨੇ, ਉਹਨਾਂ ਦਾ ਨਾਮ ਦੇ ਵਿੱਚ ਹੀ ਮਨ ਭੀਜੇ ਪ੍ਰਸੰਨ ਰਹਿੰਦਾ ਹੈ ਜੀ। ਮੇਰਾ ਮਨ ਨਾਮ ਦੇ ਵਿੱਚ ਪ੍ਰਸੰਨ ਰਹੇ, ਭਿੱਜਿਆ ਰਹੇ, ਭਾਵ ਕੇ ਕਹਿੰਦੇ ਰਹੀਏ ਵਾਹਿਗੁਰੂ 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 ਵਾਹੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਕਿਰਪਾ ਕਰਨ ਸਾਡਾ ਵੀ ਮਨ ਨਾਮ ਚ ਭਿੱਜੇ, ਭਾਵ ਕੇ ਨਾਮ ਜਪ ਕੇ ਸਾਡਾ ਮਨ ਵੀ ਖੁਸ਼ ਹੋਵੇ, ਸਾਨੂੰ ਵੀ ਚਾਹ ਚੜ੍ਹੇ ਜਦੋਂ ਬਾਣੀ ਪੜ੍ਹੀਏ, ਆਨੰਦ ਆਵੇ ਗੁਰੂ ਸਾਹਿਬ ਦੀ ਮਤ ਸਿੱਖਿਆ ਨੂੰ ਸੁਣ ਕੇ, ਕਮਾਉਂਦਿਆਂ ਹੋਇਆਂ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਨੇਕਾਂ ਭੁੱਲਾਂ ਗਲਤੀਆਂ ਹੋਈਆਂ, ਗੁਰੂ ਸਾਹਿਬ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣਾ। ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਧਾਰੇ, ਗੁਰਮਤ ਨਾਮ ਮੀਠਾ ਮਨ ਪਾਇਆ, ਜਾਨ ਨਾਨਕ ਨਾਮ ਮਨ ਭੀਜੈ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।